पग पंकज वंदन सिमरो अंगद दोख निकंदन अमरदास गुर हृदय त्यावो हृदय श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहो तेग बहादुर परम कृपाला परम कृपाला श्री गुरु गोविंद सिंह निसाला गुरु तेग बहादुर परम कृपाला श्री गुरु गोविंद सिंह बिसाला तरों धरा पर पुन पुन सीसा पुन पुन सीसा बंद हो बार बार जिसमें अमृत ज्ञान है माणक तख्त वैराग श्री गुरु ग्रंथ साहिब उद्दत बंदों कार्य अनुराग सत गुर मम बेरी कट हो निज बेरी पर चार एह बेरी होए भव सफल बिन बेरी कर पार एकंकारा सत गुरु तेहे प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए तन तन सच्चे पातशाह गरीब नवाज अंतर जामी दीन दुनिया दे मालक चावर छतर तखत दे मालक समरथ सतगुरु पर तख सतगुरु दीन दयाल कृपाल अंतर जामी पूर्ण पार ब्रह्म परमेश्वर वाहेगुरु अकाल पुरख स्वरूप सच्चे पातशाह दासा गरीबां दी इज्जत रखण वाले पत रखण वाले दया करन वाले मेर करन वाले बख्शिशां करन वाले गुरु गरीब नवाज सच्चे पातशाह चवर छत्र तखत दे मालक हाजरा हजूर जहरा जहूर सर्ब कला भरपूर सर्ब उपमा दे मालक सच्चे पातशाह लोक परलोक के रखियक मुकत भुगत जुगत दे दाते वाहे गुरु अकाल पुरख स्वरूप सच्चे पातशाह
ਸਮਰੱਥ ਗੁਰੂ, ਪ੍ਰਤੱਖ ਗੁਰੂ, ਬਾਣੀ ਰੂਪ ਗੁਰੂ, ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਅੰਦਰ ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਗੁਰੂ ਜੀ ਦੀ ਕਿਰਪਾ ਦੇ ਨਾਲ, ਦਇਆ ਦੇ ਨਾਲ ਪ੍ਰਾਪਤ ਹੋਇਆ ਹੈ। ਗੁਰਬਾਣੀ ਦਾ ਰਸ ਭਿੰਨਾ ਕੀਰਤਨ ਭਾਈ ਜਸਵੀਰ ਸਿੰਘ ਜੀ ਆਪ ਸਮੂਹ ਸੰਗਤਾਂ ਨੂੰ ਬੜੇ ਹੀ ਪ੍ਰੇਮ ਦੇ ਨਾਲ ਸਰਵਣ ਕਰਾ ਰਹੇ ਸਨ। ਗੁਰਬਾਣੀ ਬੰਦੇ ਦੇ ਅੰਦਰ ਨੂੰ ਸੁੱਖ ਦਿੰਦੀ ਹੈ ਜੀ, ਗੁਰਬਾਣੀ ਮਨੁੱਖ ਦੀ ਆਤਮਾ ਨੂੰ ਖੇੜਾ ਦਿੰਦੀ ਹੈ, ਗੁਰਬਾਣੀ ਸੁੱਕੇ ਪਏ ਹਿਰਦੇ ਨੂੰ ਹਰਿਆ ਭਰਿਆ ਕਰ ਦਿੰਦੀ ਹੈ ਜੀ। ਗੁਰਬਾਣੀ ਦਾ ਕੀਰਤਨ, ਗੁਰਬਾਣੀ ਦਾ ਪਾਠ, ਗੁਰਬਾਣੀ ਦੀ ਵਿਚਾਰ, ਗੁਰਬਾਣੀ ਦਾ ਜਾਪ ਹਰ ਹਾਲਤ ਵਿੱਚ ਬੰਦੇ ਦਾ ਭਲਾ ਕਰਦਾ ਜੀ। ਕਲਯੁੱਗ ਦੇ ਵਿੱਚ ਗੁਰਬਾਣੀ ਬੜਾ ਸੁਖ ਹੈ ਨਹੀਂ, ਬੰਦੇ ਦਾ ਭਲਾ ਕਰ ਦਿੰਦੀ ਜੀ। ਇਸ ਕਲਯੁੱਗ ਦੇ ਸਮੇਂ ਵਿੱਚ ਗੁਰਬਾਣੀ ਪੜ੍ਹਿਆ ਬੰਦੇ ਦਾ ਬੜਾ ਸੁਖੈਨ ਭਲਾ ਹੋ ਜਾਂਦਾ ਜੀ, ਬੜਾ ਸੌਖੇ ਤਰੀਕੇ ਨਾਲ ਭਲਾ ਹੋ ਜਾਂਦਾ ਜੀ। ਸੋ ਆਪ ਜੀ ਪਿਆਰ ਨਾਲ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਭਾਈ ਸਾਹਿਬ ਦੇ ਕੋਲੋਂ ਸੁਣ ਰਹੇ ਸੀ। ਸਾਰੀ ਸੰਗਤ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ, ਆਪ ਸਭ ਸੰਗਤ ਬੜੇ ਪ੍ਰੇਮ ਨਾਲ ਹਰ ਰੋਜ਼ ਹੀ ਸਰਵਣ ਕਰਦੇ ਹੋ। ਗੁਰਮੁਖੋ ਇਹ ਇਤਿਹਾਸ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਜੀ, ਜਿਨ੍ਹਾਂ ਉੱਤੇ ਸਤਿਗੁਰੂ ਦੀ ਬੜੀ ਕਿਰਪਾ ਬੜੀ ਦਇਆ, ਕਈ ਵਾਰੀ ਪੜ੍ਹ ਕੇ ਹੈਰਾਨ ਹੋ ਜਾਈਦਾ ਜੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਸਾਹਿਬ ਉੱਤੇ ਇੰਨੀ ਕਿਰਪਾ ਕੀਤੀ, ਇੰਨੀ ਦਇਆ ਕੀਤੀ ਜੀ, ਜੋ ਅੰਦਰ ਦੇ ਫੁਰਨੇ ਨੇ ਉਹ ਵੀ ਭਾਈ ਸਾਹਿਬ ਨੇ ਇਸ ਗ੍ਰੰਥ ਵਿੱਚ ਲਿਖੇ ਨੇ ਜੀ। ਇਹਦਾ ਮਤਲਬ ਕਿੰਨੀ ਕਿਰਪਾ ਗੁਰੂ ਸਾਹਿਬ ਨੇ ਉਹਨਾਂ 'ਤੇ ਕੀਤੀ ਹੋਏਗੀ ਜੀ। ਸੋ ਆਪ ਜੀ ਸ੍ਰੀ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਹਰ ਰੋਜ਼ ਹੀ ਪ੍ਰੇਮ ਨਾਲ ਸਰਵਣ ਕਰਦੇ ਹੋ। ਇਸ ਕਥਾ ਨੂੰ ਸੁਣ ਕੇ ਬੰਦੇ ਦੇ ਅੰਦਰ ਗੁਰੂ ਘਰ ਦੇ ਪ੍ਰਤੀ ਸ਼ਰਧਾ ਪੈਦਾ ਹੁੰਦੀ ਹੈ ਜੀ, ਗੁਰੂ ਘਰ ਦੇ ਪ੍ਰਤੀ ਪਿਆਰ ਪੈਦਾ ਹੁੰਦਾ ਜੀ, ਗੁਰੂ ਘਰ ਦੇ ਨਾਲ ਨੇੜਤਾ ਬਣਦੀ ਹੈ ਜੀ, ਅਤੇ ਬੰਦਾ ਹੌਲੀ ਹੌਲੀ ਗੁਰੂ ਸਾਹਿਬ ਦੇ ਨੇੜੇ ਆਉਣ ਲੱਗ ਪੈਂਦਾ ਜੀ। ਪੁਰਾਤਨ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਤੋਂ ਪਹਿਲਾਂ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਵਿਦਿਆਰਥੀਆਂ ਨੂੰ ਸਿਖਾਈ ਜਾਂਦੀ ਸੀਗੀ ਜੀ। ਕਿਉਂ? ਪਹਿਲਾਂ ਸ਼ਰਧਾ ਦੀ ਲੋੜ ਹੈ। ਗੁਰੂ ਘਰ ਵਿੱਚ ਉਹ ਬੰਦਾ ਕਾਮਯਾਬ ਹੈ ਜਿਹਨੂੰ ਆਪਣੇ ਗੁਰੂ ਉੱਤੇ ਭਰੋਸਾ, ਜਿਹਦੀ ਗੁਰੂ ਘਰ ਉੱਤੇ ਸ਼ਰਧਾ ਹੈ। ਸੋ ਆਪ ਜੀ ਬੜੇ ਪਿਆਰ ਨਾਲ ਹਰ ਰੋਜ਼ ਹੀ ਗੁਰੂ ਘਰ ਦਾ ਪਵਿੱਤਰ ਇਤਿਹਾਸ ਸੁਣਦੇ ਹੋ। ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋ ਕਿ ਵੱਖ ਵੱਖ ਥਾਵਾਂ ਉੱਤੇ ਜਾ ਕੇ ਜੀਵਾਂ ਦਾ ਭਲਾ ਕਰ ਰਹੇ ਨੇ, ਬੜੇ ਪ੍ਰਕਾਰ ਨਾਲ ਰਸਤੇ ਵਿੱਚ ਕਈਆਂ ਦਾ ਗੁਰੂ ਜੀ ਨੇ ਭਲਾ ਕੀਤਾ। ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਤੁਰ ਕੇ ਹੁਣ ਤੱਕ ਬੇਅੰਤ ਥਾਵਾਂ 'ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਰੁਕੇ, ਅਤੇ ਜਿੱਥੇ ਜਿੱਥੇ ਰੁਕੇ ਉੱਥੇ ਉੱਥੇ ਭਲਾ ਹੀ ਕਰਕੇ ਆਏ ਜੀ ਮਹਾਰਾਜ। ਸਤਿਗੁਰ ਸਭਨਾਂ ਦਾ ਭਲਾ ਮਨਾਏ ਦਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਰਿਆਂ ਦਾ ਹੀ ਭਲਾ ਕਰਦੇ ਜੀ। ਨਿੰਦਕ ਹੋਵੇ, ਦੁਸ਼ਟ ਹੋਵੇ, ਦੁਖੀ ਹੋਵੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਉਹਦਾ ਵੀ ਭਲਾ ਕਰ ਦਿੰਦੇ ਜੀ। ਮਹਾਰਾਜ ਸੱਚੇ ਪਾਤਸ਼ਾਹ ਵੱਡੇ ਕਿਰਪਾਲੂ, ਵੱਡੇ ਦਿਆਲੂ ਨੇ, ਹਰ ਇੱਕ ਦਾ ਗੁਰੂ ਸਾਹਿਬ ਭਲਾ ਕਰ ਰਹੇ ਨੇ। ਉਹਦੇ ਤੋਂ ਅੱਗੇ ਤੁਸੀਂ ਪ੍ਰਸੰਗ ਸੁਣਿਆ, ਮਹਾਰਾਜ ਗਿਆ ਨਗਰ ਵਿੱਚ ਪਹੁੰਚੇ ਜੀ। ਇਹ ਨਗਰ ਪਟਨਾ ਸਾਹਿਬ ਤੋਂ ਪਹਿਲਾਂ ਆਉਂਦਾ ਜੀ। ਇੱਥੋਂ ਦੇ ਵਿਦਵਾਨ ਬ੍ਰਾਹਮਣਾਂ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਕੋਲੋਂ ਧੰਨ ਮੰਗਿਆ ਜੀ, ਜੋ ਕੁਝ ਹੈਗਾ ਕਹਿਣ ਲੱਗੇ ਦੇ ਦਿਓ। ਮਹਾਰਾਜ ਨੇ ਸਾਰਾ ਕੁਝ ਦੇ ਦਿੱਤਾ। ਫਿਰ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਇਹ ਲਿਖਵਾਉਣਾ ਚਾਹਿਆ ਵੀ ਰਹਿੰਦੀ ਦੁਨੀਆ ਤੱਕ ਗੁਰੂ ਘਰ ਨੂੰ ਮੰਨਣ ਵਾਲੇ, ਗੁਰੂ ਘਰ ਨੂੰ ਪਿਆਰ ਕਰਨ ਵਾਲੇ ਜਿਹੜੇ ਸਿੱਖ ਨੇ ਉਹ ਇਸ ਥਾਂ 'ਤੇ ਆਉਂਦੇ ਰਹਿਣ ਅਤੇ ਸਾਡੇ ਬੱਚਿਆਂ ਨੂੰ ਦਾਨ ਦਿੰਦੇ ਰਹਿਣ ਜੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜਾਣਗੇ ਵੀ ਇਹਨਾਂ ਦੇ ਅੰਦਰ ਲੋਭ ਆ ਗਿਆ ਜੀ, ਇਹਨਾਂ ਅੰਦਰ ਲਾਲਚ ਆ ਗਿਆ ਜੀ। ਲੋਭੀ ਬੰਦੇ ਤੋਂ ਸਦਾ ਹੀ ਡਰਨ ਦੀ ਲੋੜ ਹੈ, ਖਤਰਾ ਹੀ ਹੈ ਜੀ ਉਹਦੇ ਕੋਲੋਂ। ਕਿਉਂ? ਗੁਰੂ ਸਾਹਿਬ ਖੁਦ ਬਾਣੀ 'ਚ ਲਿਖਦੇ, ਲੋਭੀ ਕਾਵੇ ਸਾਹੋ ਨਾ ਕੀਜੈ।
ਲੋਭੀ ਬੰਦੇ ਦਾ ਕੋਈ ਭਰੋਸਾ ਨਾ ਕਰੋ ਜੀ, ਉਹਨੇ ਕਿਹੜੇ ਵੇਲੇ ਕਿੱਧਰ ਹੋ ਜਾਣਾ ਜੀ। ਹਾਂਜੀ, ਲੋਭੀ ਕਾਵੇ ਸਾਹੋ ਨਾ ਕੀਜਾ ਜੇਕਾ ਪਾਰ ਵਸਾਏ। ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਵੀ ਤੁਹਾਨੂੰ ਲੋਭ ਆ ਗਿਆ, ਜਿਹੜਾ ਬ੍ਰਾਹਮਣ ਹੈ ਉਹ ਤੇ ਸੰਤੋਖ ਰੱਖਦਾ ਜੀ, ਸੰਤੋਖ ਰੱਖਦਾ। ਬ੍ਰਾਹਮਣ ਦੇ ਛੇ ਕਰਮ ਸੰਗਤ ਜੀ ਮੰਨੇ ਜਾਂਦੇ ਸਨ, ਦਾਨ ਕਰਨਾ ਤੇ ਦਾਨ ਲੈਣਾ ਜੀ। ਤੇ ਹੁਣ ਤੇ ਇੱਕੋ ਹੀ ਕੰਮ ਹੈ ਜੀ, ਦਾਨ ਲੈਣਾ ਕਰਨ ਵਾਲੀ ਤੇ ਗੱਲ ਨਹੀਂ ਹੈਗੀ। ਵਿੱਦਿਆ ਪੜ੍ਹਨੀ ਤੇ ਵਿੱਦਿਆ ਪੜ੍ਹਾਉਣੀ, ਜੱਗ ਕਰਨਾ ਤੇ ਜੱਗ ਕਰਵਾਉਣਾ ਜੀ। ਹਾਂਜੀ, ਇਹਨਾਂ ਇੱਕੋ ਹੀ ਕੰਮ ਰੱਖਿਆ ਸੀ ਵੀ ਦਾਨ ਹੀ ਲੈਣਾ ਲੋਕਾਂ ਕੋਲੋਂ, ਦਾਨ ਦੇਣਾ ਨਹੀਂ ਹੈਗਾ ਜੀ ਕਿਸੇ ਨੂੰ ਜੀ। ਹਾਂਜੀ, ਦਾਨ ਪ੍ਰੇਰਿਤ ਕਰਕੇ ਦਵਾਉਣਾ ਵੀ ਹੁੰਦਾ ਜੀ, ਪਰ ਇਹ ਮਹਾਰਾਜ ਕੋਲ ਆ ਕੇ ਵੀ ਮਾਇਆ ਦਾ ਹੀ ਮਕਸਦ ਰੱਖਿਆ, ਗੁਰੂ ਸਾਹਿਬ ਦੀ ਖੁਸ਼ੀ ਨਹੀਂ ਲੈ ਪਾਏ ਜੀ ਇਹ ਜੀ। ਉਪਰੰਤ ਫਿਰ ਸੱਚੇ ਪਾਤਸ਼ਾਹ ਮਹਾਰਾਜ ਅੱਗੋਂ ਉੱਥੋਂ ਚੱਲ ਪਏ। ਭਾਈ ਜੈਤ ਰਾਮ ਜੀ ਦਾ ਜ਼ਿਕਰ ਤੁਸੀਂ ਸੁਣ ਰਹੇ ਸੀ, ਪਟਨਾ ਸਾਹਿਬ ਤੋਂ ਥੋੜ੍ਹਾ ਜਿਹਾ ਪਹਿਲਾਂ ਇੱਕ ਇਲਾਕਾ ਸੀ ਜਿਹਨੂੰ ਉਸ ਸਮੇਂ ਆਲਮਗੰਜ ਕਿਹਾ ਜਾਂਦਾ ਸੀ, ਹੁਣ ਦਾ ਪਤਾ ਨਹੀਂ ਵੀ ਹੁਣ ਉਸ ਇਲਾਕੇ ਨੂੰ ਕੀ ਕਹਿੰਦੇ ਹੋਣਗੇ। ਉੱਥੇ ਹਲਵਾਈ ਦੀ ਦੁਕਾਨ ਕਰਦਾ ਭਾਈ ਜੈਤ ਰਾਮ, ਜੈਤਾ ਸੇਠ ਕਹਿੰਦੇ ਜੀ ਉਹਨੂੰ। ਜੈਤਾ ਸੇਠ ਅੰਦਰੋਂ ਰੱਬ ਨਾਲ ਜੁੜਿਆ ਹੋਇਆ ਜੀ, ਉੱਤੋਂ ਉੱਤੋਂ ਨਹੀਂ ਜੀ, ਅੰਦਰੋਂ ਜੀ। ਹਲਵਾਈ ਦੀ ਦੁਕਾਨ ਹੈ ਤੇ ਵੇਸਣ ਦੀਆਂ ਪੂੜੀਆਂ ਉਹ ਇਹਦੀ ਮਸ਼ਹੂਰ ਚੀਜ਼ ਸੀਗੀ ਜੀ। ਉਹ ਇਹਨੇ ਪੂੜੀਆਂ ਗੁਰੂ ਕੇ ਸਿੱਖਾਂ ਨੂੰ ਭੇਟਾ ਕਰਨੀਆਂ, ਜਿੱਥੇ ਕਿਸੇ ਗੁਰੂ ਕੇ ਸਿੱਖ ਨੇ ਮਿਲਣਾ ਹੱਥ ਜੋੜ ਕੇ ਭੇਟਾ ਕਰਨੀ ਤੇ ਬੜੇ ਪਿਆਰ ਨਾਲ ਵਿਦਾ ਕਰਨੀ ਜੀ। ਭਾਵ ਗੁਰੂ ਸਾਹਿਬ ਨੇ ਸੌਖਾ ਜਿਹਾ ਉਪਦੇਸ਼ ਬੜੀ ਥਾਵਾਂ ਤੇ ਦਿੱਤਾ। ਸ੍ਰੀ ਗੁਰੂ ਅਮਰਦਾਸ ਸਾਹਿਬ ਬੈਠੇ ਤੇ ਧੋਬੀ ਗੁਰੂ ਸਾਹਿਬ ਕੋ ਆਏ ਜੀ। ਮਹਾਰਾਜ ਸਾਹਿਬ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਕੋਈ ਇਹੋ ਜਿਹਾ ਉਪਦੇਸ਼ ਦਿਓ ਜਿਹਦਾ ਸਾਡੇ ਜਿਹਨੂੰ ਸੁਣ ਕੇ ਤੇ ਕਮਾ ਕੇ ਸਾਡਾ ਭਲਾ ਹੋ ਸਕੇ। ਮਹਾਰਾਜ ਕਹਿੰਦੇ, ਤੁਸੀਂ ਧੋਬੀ ਹੋ ਤੇ ਕੱਪੜੇ ਧੋਂਦੇ ਹੋ, ਕਈ ਥਾਵਾਂ ਤੇ ਮਾਇਆ ਦਾ ਵਪਾਰ ਵੀ ਤੁਸੀਂ ਕਰਨਾ, ਪਰ ਜਿੱਥੇ ਕੋਈ ਗਰੀਬ ਵਿਖੇ ਜਾਂ ਕੋਈ ਗੁਰੂ ਘਰ ਦਾ ਪਿਆਰਾ ਵਿਖੇ, ਉਹਦੇ ਕੋਲੋਂ ਕੱਪੜੇ ਧੋ ਕੇ, ਉਹਦੇ ਕੱਪੜੇ ਧੋ ਕੇ ਤੇ ਮਾਇਆ ਨਾ ਲਿਆ ਕਰਿਓ। ਕਹਿਣ ਲੱਗੇ, ਭਾਵ ਮੁਫਤ ਕੱਪੜੇ ਧੋ ਦਿਆ ਕਰਿਓ ਭਾਵਨਾ ਨਾਲ, ਪਿਆਰ ਨਾਲ, ਤੁਹਾਡਾ ਇੰਨੇ ਵਿੱਚ ਹੀ ਭਲਾ ਹੋ ਜਾਏਗਾ। ਕਹਿਣ ਲੱਗੇ ਜੀ, ਇੱਕ ਦਰਜੀ ਆ ਗਿਆ ਜੀ, ਮਹਾਰਾਜ ਨੇ ਉਹਨੂੰ ਵੀ ਉਪਦੇਸ਼ ਦਿੱਤਾ ਵੀ ਤੂੰ ਕੱਪੜੇ ਸੀ ਦਿਆ ਕਰ ਜੀ, ਸੀ ਦਿਆ ਕਰ, ਗੁਰੂ ਕੇ ਸਿੱਖਾਂ ਨੂੰ ਪਿਆਰ ਨਾਲ ਸੀ ਕੇ ਦਿਆ ਕਰ, ਨਿਸ਼ਕਾਮਤਾ ਹੀ ਸਹਿਤ ਸੇਵਾ ਕਰੀ ਜਾ, ਤੇਰਾ ਜਨਮ ਤੇ ਮਰਨ ਦੋਵੇਂ ਮੁੱਕ ਜਾਣਗੇ ਜੀ। ਹਾਂਜੀ, ਹੁਣ ਇਹ ਹਲਵਾਈ ਸੀਗਾ ਜੀ, ਨਾਮ ਜੈਤ ਰਾਮ ਹੈ ਤੇ ਬੜਾ ਵਧੀਆ ਜੀਵਨ ਜੀ, ਬੜਾ ਵਧੀਆ ਜੀਵਨ, ਕਿਸੇ ਨੂੰ ਬਹੁਤਾ ਖਵਾਉਣਾ ਬੁਲਾਉਣਾ ਨਹੀਂ, ਕੱਪੜੇ ਸਦਾ ਮੈਲੇ ਪਾ ਕੇ ਰੱਖਣੇ ਜੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਜੋ ਕੱਲ੍ਹ ਲਿਖਿਆ ਉਹ ਤੁਸੀਂ ਸੁਣਿਆ। ਭਾਈ ਸਾਹਿਬ ਲਿਖਦੇ ਨੇ, ਹਰ ਵਕਤ ਧਿਆਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਨਾਲ ਜੋੜ ਕੇ ਰੱਖਣਾ ਜੀ, ਵਾਹਿਗੁਰੂ ਵਾਹਿਗੁਰੂ ਵੀ ਜਪਦੇ ਰਹਿਣਾ ਜੀ, ਧਿਆਨ ਗੁਰੂ ਸਾਹਿਬ ਵੱਲ ਸੱਚੇ ਪਾਤਸ਼ਾਹ ਵੱਲ ਰੱਖਣਾ ਜੀ, ਤੇ ਕਵਾਉਣਾ ਬੁਲਾਉਣਾ ਨਹੀਂ ਜੀ, ਆਪਣਾ ਜੀਵਨ ਸਫਲ ਕਰਨ ਦੇ। ਗੁਰਮੁਖੋ, ਇਹ ਰੱਬ ਦੀ ਖੇਡ ਦਾ ਕੋਈ ਪਤਾ ਨਹੀਂ, ਸਿੱਧੇ ਸਾਧੇ ਜੇ ਬੰਦੇ ਵਿਖਣ ਵਾਲੇ ਬੜੀ ਬੜੀ ਵੱਡੀ ਅਵਸਥਾ ਦੇ ਮਾਲਕ ਹੋ ਸਕਦੇ ਜੀ, ਬੜੀ ਬੜੀ ਵੱਡੀ ਅਵਸਥਾ ਤੇ ਗੁਰੂ ਨੇ ਤਰੁੱਠ ਕੇ ਉਹਨਾਂ ਨੂੰ ਦਿੱਤੀ ਹੁੰਦੀ ਹੈ। ਤੇ ਕਈ ਵਾਰੀ ਧਰਮ ਦੇ ਕੱਪੜੇ ਪਾਉਣ ਵਾਲੇ ਬੰਦਿਆਂ ਦੇ ਅੰਦਰ ਵੀ ਧਰਮ ਨਹੀਂ ਹੁੰਦਾ ਜੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਚਾ ਲੈਣ, ਇਹ ਗੱਲ ਕਰਨ ਤੋਂ ਤਾਂ ਡਰਦੇ ਵੀ ਅਸੀਂ ਵੀ ਧਰਮ ਦੇ ਕੱਪੜੇ ਪਾਏ ਨੇ ਜੀ, ਗੁਰੂ ਘਰ ਦਾ ਬਾਣਾ ਪਹਿਨੇ ਆ, ਪਰ ਬਹੁਤ ਵਾਰ ਗੁਰੂ ਘਰ ਦੇ ਬਾਣੇ ਦੇ ਥੱਲੇ ਵੀ ਨਾ ਜੀ ਧਰਮ ਨਹੀਂ ਹੁੰਦਾ ਜੀ। ਜੇ ਸਾਰਾ ਕੁਝ ਦੱਸੀਏ ਫਿਰ ਗੁਰੂ ਘਰ ਦੇ ਬਾਣੇ ਦੀ ਵੀ ਫਿਰ ਉਰ ਤੇ ਵੀ ਕਿੰਤੂ ਹੋ ਸਕਦਾ ਜੀ, ਪਰ ਗੁਰੂ ਘਰ ਵਿੱਚ ਗ੍ਰਸਤੀਆਂ ਨੂੰ ਬੜਾ ਮਾਣ ਹੈ ਜੀ। ਹਾਂਜੀ, ਬੜਾ ਮਾਣ ਪ੍ਰਾਪਤ ਹੈ ਸਿੱਧੇ ਸਾਧੇ ਦੇ ਸਿੱਖ ਤੇ ਭਜਨ ਬੰਦਗੀ ਕਰਨ ਵਾਲੇ ਤੇ ਬੜੀ ਬੜੀ ਵੱਡੀ ਅਵਸਥਾ ਦੇ ਮਾਲਕ ਜੀ, ਬੜੀ ਬੜੀ ਵੱਡੀ ਅਵਸਥਾ ਦੇ ਮਾਲਕ ਜੀ। ਭਾਈ ਜੈਤ ਰਾਮ ਜੀ ਕਿਸੇ ਨਾਲ ਗੱਲ ਨਹੀਂ ਕਰਦੇ,
ਆਪਣੇ ਕੰਮ ਵਿੱਚ ਮਸਤ ਰਹਿੰਦੇ ਨੇ, ਕਈ ਵਾਰੀ ਆਪਾਂ ਵੇਖਦੇ ਹਾਂ ਗੁਰੂ ਘਰ ਵਿੱਚ ਵਿਚਰਦੇ ਹਾਂ ਵੀ ਜਿਹੜਾ ਸ਼ਾਂਤ ਰਹੇ, ਕਿਸੇ ਨਾਲ ਗੱਲ ਨਾ ਕਰੇ, ਚੁੱਪ ਕਰਕੇ ਆ ਕੇ ਕਥਾ ਕੀਰਤਨ ਸੁਣੇ, ਰਸ ਲੈ ਕੇ ਚਲੇ ਜੇ, ਉਹਦੀ ਅਵਸਥਾ ਕਈ ਵਾਰੀ ਬਹੁਤ ਅੱਗੇ ਹੁੰਦੀ ਹੈ ਜੀ। ਪੁੱਛ ਕੇ ਵੇਖੀਦਾ ਫਿਰ ਪਤਾ ਲੱਗਦਾ ਜੀ। ਬੜੀਆਂ ਬੜੀਆਂ ਮਹਿੰਗੀਆਂ ਪੰਗਤੀਆਂ ਜਿਨ੍ਹਾਂ ਦੇ ਅਰਥ ਕਈ ਵਾਰੀ ਸਾਨੂੰ ਵੀ ਨਹੀਂ ਪਤਾ ਹੁੰਦਾ ਜੀ, ਉਹ ਗੁਰਮੁਖ ਪਿਆਰੇ ਸਿੱਧੇ ਜੇ ਉਹਦੇ ਕਮਾਲ ਦੇ ਅਰਥ ਕਰ ਜਾਂਦੇ ਜੀ, ਆ ਕੇ ਕਮਾਲ ਦੇ ਅਰਥ ਕਰ ਜਾਂਦੇ ਜੀ ਉਹਦੇ ਜੀ। ਕਿਉਂ? ਆਪਾਂ ਬਾਹਰੋਂ ਟੀਕੇ ਪੜ੍ਹ ਕੇ ਅਰਥ ਸੁਣਾਉਣੇ, ਉਹਨਾਂ ਦੇ ਅੰਦਰ ਹੀ ਸਾਰੇ ਗ੍ਰੰਥ ਪ੍ਰਗਟ ਹੋਏ ਹੁੰਦੇ ਜੀ। ਵਾਹਿਗੁਰੂ ਜੀ ਦੇ ਨਾਮ ਦੀ ਬੜੀ ਵੱਡੀ ਤਾਕਤ ਹੁੰਦੀ ਹੈ, ਬੜੀ ਵੱਡੀ ਤਾਕਤ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਗੁਰੂ ਘਰ ਦਾ ਸਿੱਖ ਹੈ, ਕਿਸੇ ਨੇ ਨਹਾਉਂਦਿਆਂ ਨਹੀਂ ਵੇਖਿਆ ਜੀ ਉਹਨੂੰ ਜੀ, ਮੈਲੇ ਕਚੈਲੇ ਕੱਪੜੇ ਪਾਈ ਰੱਖਣੇ। ਅਤੇ ਦੋ ਬੰਦਿਆਂ ਨੇ ਉਹਨਾਂ 'ਤੇ ਸ਼ੰਕਾ ਕੀਤਾ ਵੀ ਜੈਤ ਰਾਮ ਜੀ ਨਹਾਉਂਦੇ ਧੋਂਦੇ ਵੀ ਉਹ ਕਿ ਐਵੇਂ ਹੀ ਰਹਿੰਦੇ ਹੋ ਜੀ, ਕਿਉਂ ਬੰਦੇ ਨੂੰ ਕੀ ਪਤਾ ਲੱਗਦਾ ਜੀ। ਵੈਸੇ ਨਹਾਉਣ ਦੇ ਨਾਲ ਤਨ ਦੀ ਮਰਜ਼ਾਦਾ ਵੀ ਜ਼ਰੂਰੀ ਹੈ, ਐਸੀ ਗੱਲ ਨਹੀਂ, ਸਰੀਰਕ ਮਰਜ਼ਾਦਾ ਬਹੁਤ ਜ਼ਰੂਰੀ ਹੈ, ਸੁਚਮਤਾ ਬਹੁਤ ਜ਼ਰੂਰੀ ਹੈ, ਪਰ ਸੁਚਮਤਾ ਅਤੇ ਸਰੀਰਕ ਮਰਜ਼ਾਦਾ ਬੰਦੇ ਦਾ ਬੋਝ ਹੀ ਨਾ ਬਣ ਕੇ ਰਹਿ ਜੇ ਜੀ। ਮਨ ਦੇ ਪੱਧਰ ਦੀ ਅਵਸਥਾ ਉਹਦੇ ਤੋਂ ਅੱਗੇ ਦੀ ਗੱਲ ਹੁੰਦੀ ਹੈ ਜੀ। ਹਾਂਜੀ, ਸੁਚਮਤਾ ਮਰਜ਼ਾਦਾ ਬਹੁਤ ਜ਼ਰੂਰੀ ਹੈ, ਪਰ ਇਹ ਬੋਝ ਨਹੀਂ ਬਣਨ ਦੇਣੀ ਜੀ। ਹਾਂਜੀ, ਮਨ ਦੀ ਅਵਸਥਾ ਕੋਈ ਅੰਦਰ ਦਾ ਟਕਾ ਪੈਦਾ ਹੋਵੇ, ਕੋਈ ਅੰਦਰੋਂ ਸੁੱਖ ਪ੍ਰਾਪਤ ਹੋਵੇ, ਸੁਚਮਤਾ ਮਰਜ਼ਾਦਾ ਰੱਖੀ ਫਿਰ ਕਾਮਯਾਬ ਹੈਗੀ ਹੈ ਜੀ। ਨਹੀਂ ਤਾਂ ਕਈ ਵਾਰੀ ਸੁਚਮਤਾ ਰੱਖਦਾ ਰੱਖਦਾ ਬੰਦਾ ਦੂਜੇ ਨਾਲ ਨਫ਼ਰਤ ਵੀ ਕਰਨ ਲੱਗ ਪੈਂਦਾ ਜੀ। ਹਾਂਜੀ, ਦੂਜੇ ਨੂੰ ਟਿੱਚ ਜਾਣੇਗਾ ਵੀ ਇਹ ਤਾਂ ਹੈ ਹੀ ਨਹੀਂ ਕੁਛ ਜੀ। ਹਾਂਜੀ, ਉਹ ਫਿਰ ਦੂਜਿਆਂ ਦਾ ਮਨ ਦੁਖੀ ਹੋਏਗਾ ਜੀ ਉਹਦੇ ਨਾਲ ਦੀ। ਉਹ ਫਿਰ ਜਿਹੜਾ ਰਸ ਅਤੇ ਇਕਾਗਰਤਾ ਅੰਦਰ ਬਣਨੀ ਉਹ ਨਹੀਂ ਬਣ ਪਾਏਗਾ ਜੀ, ਉਹ ਨਹੀਂ ਬਣ ਪਾਏਗਾ। ਸੁਚਮਤਾ ਆਪਣੀ ਥਾਂ 'ਤੇ ਹੈ, ਬ੍ਰਹਮ ਗਿਆਨ ਆਪਣੀ ਥਾਂ 'ਤੇ ਹੈ ਜੀ, ਬ੍ਰਹਮ ਗਿਆਨ ਆਪਣੀ ਥਾਂ 'ਤੇ। ਕਈ ਮਹਾਂਪੁਰਖਾਂ ਦੇ ਜੀਵਨ ਪੜ੍ਹ ਕੇ ਵੇਖੀਦਾ ਜਿਨ੍ਹਾਂ ਦੀ ਬਹੁਤ ਬਹੁਤ ਵੱਡੀ ਅਵਸਥਾ ਸਗੋਂ ਬਣ ਜਾਂਦੀ, ਉਹ ਇਹਨਾਂ ਚੀਜ਼ਾਂ ਤੋਂ ਅੱਗੇ ਲੰਘ ਜਾਂਦੇ ਜੀ, ਉਹ ਇਹਨਾਂ ਚੀਜ਼ਾਂ ਤੋਂ ਅੱਗੇ ਲੰਘ ਜਾਂਦੇ। ਪਰ ਆਰੰਭਕ ਪੌੜੀ ਇਹ ਵੀ ਹੈਗੀ ਹੈ ਜੀ, ਇਹ ਨਹੀਂ ਵੀ ਹੁਣ ਜਿੰਨੇ ਮਰਜ਼ਾਦਾ ਨਹੀਂ ਰੱਖਣੀ ਅਤੇ ਉਹ ਮਰਜ਼ਾਦਾ ਦਾ ਹੀ ਹਰ ਵਕਤ ਖੰਡਨ ਕਰੀ ਜਾਏ। ਮਰਜ਼ਾਦਾ ਵੀ ਬਹੁਤ ਜ਼ਰੂਰੀ ਹੈ, ਪਰ ਨਾਮ ਜਪਦਿਆਂ ਜਪਦਿਆਂ ਜਦੋਂ ਅਵਸਥਾ ਬਣ ਜਾਂਦੀ ਹੈ ਨਾ ਜੀ, ਫਿਰ ਜਿਹੜੀ ਮਰਜ਼ਾਦਾ ਹੈ ਉਹ ਇੱਕ ਪਾਸੇ ਰਹਿ ਜਾਂਦੀ ਅਤੇ ਬੰਦਾ ਉਹਦੇ ਤੋਂ ਅੱਗੇ ਉਹਨੂੰ ਪ੍ਰਾਪਤੀ ਹੋ ਜਾਂਦੀ ਹੈ ਜੀ। ਜੈਤ ਰਾਮ ਜੀ ਇਹੋ ਜਿਹੇ ਨੇ ਜੀ। ਹੁਣ ਬਾਹਰੀ ਤੌਰ 'ਤੇ ਤਾਂ ਕਿਸੇ ਨੇ ਵੇਖਿਆ ਵੀ ਉਹ ਇਸ਼ਨਾਨ ਪਾਣ ਕਰਦੇ ਹੁਣ ਜੀ, ਪਰ ਦੋ ਬੰਦਿਆਂ ਨੇ ਜਦੋਂ ਸਵਾਲ ਕੀਤਾ ਤੇ ਜੈਤ ਰਾਮ ਜੀ ਕਹਿਣ ਲੱਗੇ ਵੀ ਅੱਜ ਰਾਤ ਮੇਰੇ ਘਰ ਰਹੋ ਤੇ ਫਿਰ ਵੇਖ ਲਿਓ ਵੀ ਮੈਂ ਨਹਾਉਂਦਾ ਆ ਕਿ ਨਹੀਂ ਨਹਾਉਂਦਾ ਜੀ। ਹੁਣ ਵੀ ਉਹਨਾਂ ਦਾ ਘਰ ਉੱਥੇ ਹੈ ਜੀ, ਗੁਰਮੁਖ ਪਿਆਰੇ ਮੈਨੂੰ ਫੋਨ ਤੇ ਦੱਸ ਰਹੇ ਸੀਗੇ ਵੀ ਉਹਨਾਂ ਦਾ ਘਰ ਜਿੱਥੇ ਹੈ ਉੱਥੇ ਗੁਰਦੁਆਰਾ ਸਾਹਿਬ ਬਣਿਆ ਜੀ। ਹੁਣ ਉਹ ਦੋ ਬੰਦੇ ਜੋ ਕਰਨਗੇ ਉਹ ਅੱਜ ਦੀ ਕਥਾ ਵਿੱਚ ਆਪਾਂ ਸੁਣਨਾ। ਸਾਰੀ ਸੰਗਤ ਬੜੇ ਪ੍ਰੇਮ ਨਾਲ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਗੁਰੂ ਸਾਹਿਬ, ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣ ਸਿੱਖ ਦਵੈ ਤਿਸ ਕੇ ਘਰ ਰਹੇ, ਉਹ ਦੋ ਸਿੱਖ ਜਿਹੜੇ ਸੀਗੇ ਉਹ ਫਿਰ ਜੈਤ ਰਾਮ ਜੀ ਦੇ ਘਰ ਰਹੇ ਜੀ ਰਾਤ ਦੀ। ਵੇਖੀਏ ਤੇ ਸਹੀ ਵੀ ਕੈਸਾ ਇਸ਼ਨਾਨ ਕਰਦੇ ਨੇ। ਹਾਂਜੀ, ਨਿਸ ਮਹਿ ਕਿਰਿਆ ਕਰਤ ਸਭ ਲਹੇ, ਉਹਨਾਂ ਵੇਖਿਆ ਜੀ ਵੀ ਰਾਤ ਤੱਕ ਜੈਤ ਰਾਮ ਜੀ ਨੇ ਆਪਣਾ ਕੰਮ ਕਾਰ ਕੀਤਾ ਜੀ ਸਾਰਾ। ਹਾਂਜੀ, ਨਿਜ ਦੁਕਾਨ ਤੇ ਬੈਠੇ ਹੋ ਆਏ, ਹਾਂਜੀ ਸਿਮਰਤ ਭਇਓ ਨਾਮ ਸੁਖਦਾਏ, ਪਰ ਉਹਨਾਂ ਵੇਖਿਆ ਜੀ ਵੀ ਜੈਤ ਰਾਮ ਜੀ
ਸਾਰੀ ਦਿਹਾੜੀ ਦੁਕਾਨ ਤੇ ਬੈਠੇ ਰਹੇ ਤੇ ਦੁਕਾਨ ਤੇ ਬੈਠ ਕੇ ਕਿਸੇ ਨਾਲ ਗੱਲ ਨਹੀਂ ਕੀਤੀ ਤੇ ਇਉਂ ਲੱਗਦਾ ਸੀ ਵੀ ਅੰਦਰ ਅੰਦਰ ਉਹ ਕੁਝ ਜਪ ਰਹੇ ਹੋਣ ਜੀ। ਸਾਰੀ ਦਿਹਾੜੀ ਕੁਛ ਨਾ ਕੁਛ ਕੀਤਾ ਜੀ ਉਹਨਾਂ ਨੇ, ਉਹਨਾਂ ਨੇ ਨਾ ਜੀ ਇਹ ਸਾਰਾ ਕੁਝ ਵੇਖਿਆ ਜੀ। ਹੁਣ ਵੇਖੋ ਨਾ ਜੀ ਬੰਦਾ ਪ੍ਰਭਾਵਿਤ ਤੇ ਹੋ ਹੀ ਜਾਂਦਾ ਵੀ ਸਾਰੀ ਦਿਹਾੜੀ ਕਿਸੇ ਨਾਲ ਬਹੁਤੀ ਗੱਲ ਨਹੀਂ ਕੀਤੀ, ਬਸ ਆਪਣੇ ਸੁੱਖ ਆਨੰਦ ਵਿੱਚ ਜੁਟਿਆ ਹੋਇਆ ਜੀ। ਹਾਂਜੀ ਜਾਮ ਨਿਸਾ ਬਾਕੀ ਜਬ ਰਹੀ, ਹਾਂਜੀ ਉੱਠੇ ਸੇਠ ਜੀ ਮਨ ਮੈ ਲਹੀ। ਤੇ ਗੁਰਮੁਖੋ ਜਦੋਂ ਰਾਤ ਦੱਸਦੇ ਨੇ ਭਾਈ ਸੰਤੋਖ ਸਿੰਘ ਜੀ ਲਿਖਦੇ, ਰਾਤ ਪਈ ਜੈਤ ਰਾਮ ਜੀ ਦੁਕਾਨ ਤੋਂ ਘਰ ਵਿੱਚ ਆਏ ਜੀ। ਆ ਕੇ ਆਪਣੇ ਘਰ ਵਿੱਚ ਸੌਣ ਤੋਂ ਪਹਿਲਾਂ ਆਰਾਮ ਤੋਂ ਪਹਿਲਾਂ ਮਨ ਭਜਨ ਵਿੱਚ ਲਾਇਆ ਜੀ। ਫਿਰ ਅੰਮ੍ਰਿਤ ਵੇਲੇ ਉੱਠ ਗਏ ਜੀ ਉਹ ਜੀ, ਉੱਠੇ ਸੇਠ ਜੀ ਮਨ ਮਹਿ ਲਹੀ। ਅੰਮ੍ਰਿਤ ਵੇਲੇ ਅੰਮ੍ਰਿਤ ਵੇਲਾ ਜਾਣ ਕੇ ਸੇਠ ਜੈਤ ਰਾਮ ਜੀ ਉੱਠੇ ਨੇ ਜੀ। ਹਾਂਜੀ ਸੌਚਾ ਚਾਰ ਕਰਿਓ ਜਲ ਨਾਲ, ਹਾਂਜੀ ਸੁਰ ਸਰ ਆਈ ਘਰ ਤੇ ਸਕਾਲ। ਹੁਣ ਇਹ ਸੀ ਆਈ ਡੀ ਲੈਣ ਆਏ ਸੀ ਸਾਰੇ ਜੀ, ਇਹਨਾਂ ਵੇਖਣਾ ਸੀ ਵੀ ਇਸ਼ਨਾਨ ਪਾਣ ਕਿਹੜੇ ਵੇਲੇ ਕਰਦੇ, ਕਿਹੜੇ ਵੇਲੇ ਉੱਠਦੇ, ਕਿਹੜੇ ਵੇਲੇ ਸੌਂਦੇ। ਉਹਨਾਂ ਵੇਖਿਆ ਜੀ ਇੱਕ ਹੌਜ ਬਣਿਆ ਸੀ, ਚਬੱਚਾ ਬਣਿਆ ਸੀਗਾ ਜੀ ਜੈਤ ਰਾਮ ਜੀ ਦੇ ਘਰ, ਤੇ ਚਬੱਚਾ ਬਣਿਆ ਸੀ। ਉਹ ਤਾਂ ਕੋਈ ਹੋਰ ਪਾਣੀ ਦਾ ਪ੍ਰਬੰਧ ਨਹੀਂ ਸੀ ਹੈਗਾ ਜੀ ਉੱਥੇ ਜੀ। ਜੈਤ ਰਾਮ ਜੀ ਬੈਠ ਗਏ ਤੇ ਚਬੱਚੇ ਵਿੱਚ ਗੰਗਾ ਦਾ ਜਲ ਪ੍ਰਗਟ ਹੋ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਚਬੱਚੇ ਵਿੱਚ ਜਲ ਪ੍ਰਗਟ ਹੋ ਗਿਆ ਜੀ। ਉਹ ਚਬੱਚਾ ਅੱਜ ਵੀ ਉੱਥੇ ਸੁੱਕਾ ਪਿਆ ਜੀ। ਉਹ ਮੈਨੂੰ ਗੁਰਮੁਖ ਦੱਸ ਰਹੇ ਸੀ, ਉਹ ਕਹਿੰਦੇ ਨਿਸ਼ਾਨੀ ਰੱਖੀ ਹੈ ਅੰਮ੍ਰਿਤ ਵੇਲੇ ਜਦੋਂ ਜੈਤ ਰਾਮ ਜੀ ਇਹਦੇ ਅੱਗੇ ਬੈਠਦੇ ਸੀ ਤੇ ਲਬਾ ਲਬ ਪਾਣੀ ਨਾਲ ਭਰ ਜਾਂਦਾ ਸੀਗਾ ਜੀ। ਕਿੱਥੋਂ ਆਉਂਦਾ ਜੀ ਇਹ ਤੇ ਪਰਮੇਸ਼ਰ ਹੀ ਜਾਣਦਾ। ਜੋ ਜੈਤ ਰਾਮ ਜੀ ਨੇ ਉਹਨਾਂ ਸਿੱਖਾਂ ਨੂੰ ਦੱਸਿਆ ਉਹ ਭਾਈ ਸਾਹਿਬ ਨੇ ਲਿਖਿਆ ਜੀ। ਹਾਂਜੀ ਬੜਾ ਹੌਜ ਇੱਕ ਹੁਤੋ ਬਣਿਓ, ਹਾਂਜੀ ਨਿਰਮਲ ਜਲ ਤੇ ਸੋ ਭਰ ਗਯੋ। ਤੇ ਵੱਡਾ ਹੌਜ ਬਣਿਆ ਸੀਗਾ, ਚਬੱਚਾ ਬਣਿਆ ਸੀਗਾ। ਉਹਨਾਂ ਵੇਖਿਆ ਵੀ ਚਬੱਚਾ ਖਾਲੀ, ਪਾਣੀ ਦੀ ਬੂੰਦ ਵੀ ਨਹੀਂ ਹੈਗੀ। ਤੇ ਜੈਤ ਰਾਮ ਜੀ ਜਦੋਂ ਤਿਆਰੀ ਕਰਕੇ ਉੱਥੇ ਜਾ ਕੇ ਬਹਿ ਗਏ ਤਾਂ ਇੱਕਦਮ ਹੀ ਪਾਣੀ ਨਾਲ ਲਬਾ ਲਬ ਭਰ ਗਿਆ ਜੀ। ਹੈ ਸਾਫ ਪਾਣੀ, ਨਿਰਮਲ ਪਾਣੀ ਜੀ। ਹਾਂਜੀ ਤਿਨਕੇ ਦੇਖਤ ਕੀਨ ਸਨਾਨ, ਹਾਂਜੀ ਹੁਣ ਬਹੁਤੇ ਤੇ ਸੂਰਜ ਚੜਿਆ ਇਸ਼ਨਾਨ ਕਰਨਾ ਮੇਰੇ ਅਰਗਾ ਜੀ, ਮੇਰੇ ਅਰਗੇ ਜੀ। ਪਰ ਜਿਹੜੇ ਗੁਰਮੁਖ ਹੁੰਦੇ ਨੇ ਉਹਨਾਂ ਬਾਰੇ ਮੈਂ ਪੜ੍ਹ ਰਿਹਾ ਹਾਂ, ਉਹ ਦਿਨ ਚੜ੍ਹਨ ਤੋਂ ਪਹਿਲਾਂ ਆਪਣੀ ਕਿਰਿਆ ਕਰ ਲੈਂਦੇ ਜੀ ਸਾਰੀ ਜੀ। ਉਹਨਾਂ ਵੇਖਿਆ ਵੀ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਇਸ਼ਨਾਨ ਵੀ ਕਰ ਲਿਆ ਜੀ ਜੈਤ ਰਾਮ ਜੀ ਨੇ। ਤੇ ਤਿਨਕੇ ਦੇਖਤ ਕੀ ਇਸ਼ਨਾਨ, ਪੁੰਨ ਲੱਗ ਗਿਓ ਸਿਮਰਨ ਸੁਖਦਾਨ। ਤੇ ਇਸ਼ਨਾਨ ਪਾਣ ਕਰਕੇ ਉਹ ਚ ਬੱਚਾ ਫਿਰ ਖਾਲੀ ਹੋ ਗਿਆ ਜੀ। ਯਾਦ ਕੇ ਆਖੋ ਵਾਹਿਗੁਰੂ ਵਾਹਿਗੁਰੂ, ਚ ਬੱਚਾ ਖਾਲੀ ਹੋ ਗਿਆ। ਹਾਂਜੀ ਤੇ ਜੈਤ ਰਾਮ ਜੀ ਆਪਣੇ ਕਮਰੇ ਵਿੱਚ ਬੈਠ ਕੇ ਉਹਨਾਂ ਮਨ ਭਜਨ ਵਿੱਚ ਲਾ ਲਿਆ, ਫਿਰ ਸਿਮਰਨ ਕਰਨ ਲੱਗ ਪਏ, ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਏ। ਹਾਂਜੀ ਪ੍ਰਾਤ ਹੋਤ ਲਓ ਬੈਠੇ ਹੋ ਰਹੇ ਹੋ, ਦਿਨ ਚੜ੍ਹਨ ਤੱਕ ਜੈਤ ਰਾਮ ਜੀ ਐ ਸਮਾਧੀ ਲਾ ਕੇ ਬੈਠੇ ਰਹੇ ਜੀ, ਨਾ ਹਿੱਲੇ ਨਾ ਜੁੱਲੇ, ਇਸ ਤਰ੍ਹਾਂ ਇੱਕ ਟੱਕ ਇੱਕ ਰਸ ਸਮਾਧੀ ਲਾ ਕੇ ਬੈਠੇ ਰਹੇ। ਹਾਂਜੀ ਤਿੰਨ ਸਿੱਖਿਆਂ ਸਗਰੋ ਕਰਮ ਲਹਿਓ, ਉਹਨਾਂ ਦੋ ਬੰਦਿਆਂ ਨੇ ਸਾਰਾ ਗੱਲ ਨੋਟ ਕੀਤੀ ਜੀ ਵੀ ਚਬੱਚੇ ਅੱਗੇ ਬਹਿ ਗਏ, ਹੌਜ ਅੱਗੇ ਪਾਣੀ ਉਹਦੇ ਵਿੱਚ ਭਰ ਗਿਆ, ਇਹ ਉੱਠੇ ਤੇ ਪਾਣੀ ਫਿਰ ਉੱਥੋਂ ਖਾਲੀ, ਉਹ ਫਿਰ ਉਵੇਂ ਦਾ ਉਵੇਂ ਵਿੱਚ ਬੂੰਦ ਨਹੀਂ ਹੈਗੀ ਉਹਦੇ। ਹਾਂਜੀ ਸੰਗਤ ਵਿਖੇ ਬਾਤ ਬਿਦਤਾਈ, ਸੰਗਤ ਵਿੱਚ ਉਹਨਾਂ ਇਹ ਗੱਲ ਦੱਸੀ ਜੀ ਜਾ ਕੇ। ਹਾਂਜੀ ਜੈਤੇ ਸੇਠ ਬੜੀ ਵਡਿਆਈ, ਤੇ ਜੈਤਾ ਜੈਤ ਰਾਮ ਜੀ ਦੀ ਵੱਡੀ ਵਡਿਆਈ ਜਾਣੀ ਵੀ ਅਸੀਂ ਤਾਂ ਕਹਿੰਦੇ ਨਹਾਉਂਦੇ ਨਹੀਂ, ਹੁਣ ਸਾਡੇ ਸਾਹਮਣੇ ਥੋੜ੍ਹੀ ਉਹਨਾਂ ਨਹਾਉਣਾ, ਉਹਨਾਂ ਨੂੰ ਤੇ ਕੋਈ ਵਿਸ਼ੇਸ਼ ਅਸਤੀ ਇਸ਼ਨਾਨ ਕਰਾਉਣ ਆਉਂਦੀ ਹੈ। ਫਿਰ ਨਾ ਜੀ ਉਹਨਾਂ ਪੁੱਛਿਆ ਜੈਤ ਰਾਮ ਜੀ ਨੂੰ ਵੀ ਤੁਹਾਨੂੰ ਕੌਣ ਇਸ਼ਨਾਨ ਕਰਾ ਕੇ ਜਾਂਦਾ। ਜੈਤ ਰਾਮ ਜੀ ਕਹਿੰਦੇ ਤੁਸੀਂ ਮੇਰੀ ਗੱਲ 'ਤੇ ਭਰੋਸਾ ਨਹੀਂ ਕਰਨਾ, ਉਹ ਕਹਿੰਦੇ ਨਹੀਂ ਅਸੀਂ ਕਰਾਂਗੇ, ਉਹ ਕਹਿੰਦੇ ਨਹੀਂ। ਅਤੇ ਹੋ ਸਕਦਾ ਸੁਣ ਕੇ ਜਿਹੜੇ ਸ਼ੰਕਾਲੂ ਨੇ ਉਹ ਵੀ ਨਾ ਭਰੋਸਾ ਕਰਨ ਜੀ। ਜੈਤ ਰਾਮ ਜੀ ਨੇ ਤਾਂ ਉਦੋਂ ਹੀ ਉਹਨਾਂ ਨੂੰ ਕਹਿਤਾ ਵੀ ਹੋ ਸਕਦਾ ਤੁਸੀਂ ਭਰੋਸਾ ਨਾ ਕਰੋ, ਉਹ ਕਹਿੰਦੇ ਨਹੀਂ ਅਸੀਂ ਤਾਂ ਅੱਖਾਂ ਤੋਂ ਵੇਖ ਲਿਆ, ਅਸੀਂ ਕਿਉਂ ਨਾ ਭਰੋਸਾ ਕਰਾਂਗੇ।
ਤੇ ਜੈਤ ਰਾਮ ਜੀ ਕਹਿਣ ਲੱਗੇ ਸ੍ਰੀ ਕਰਤਾ ਪੁਰਖ ਵਾਹਿਗੁਰੂ ਜੀ ਨੇ ਗੰਗਾ ਜੀ ਦੀ ਡਿਊਟੀ ਲਾਈ ਮੇਰਾ ਇਸ਼ਨਾਨ ਕਰਾਉਣ ਦੀ ਕਹਿਣ ਲੱਗੇ ਅੱਜ ਕੇ ਆਖੋ ਵਾਹਿਗੁਰੂ ਵੇਖ ਲਓ ਰੋਜ਼ ਲੋਕ ਉੱਥੇ ਜਾਂਦੇ ਜੀ ਕਈ ਜੀ ਤੇ ਗੁਰੂ ਰਾਮਦਾਸ ਸਾਹਿਬ ਨੇ ਅਟਲ ਫੈਸਲਾ ਦਿੱਤਾ ਗੁਰਬਾਣੀ ਚ ਗੰਗਾ ਜਮੁਨਾ ਗੋਦਾਵਰੀ ਸਰਸਵਤੀ ਤੇ ਕਰਹੇ ਉਦਮ ਧੂੜ ਸਾਧੂ ਕੀ ਤਾਈ ਇਹ ਵੀ ਉਦਮ ਕਰ ਰਹੇ ਜੀ ਸਾਰੇ ਜੀ ਉਦਮ ਕੀ ਜੀ ਦਿਨ ਰਾਤ ਲਗਾਤਾਰ ਵਹਿ ਰਹੇ ਕਿਤੇ ਕਿਸੇ ਰੱਬ ਦੇ ਪਿਆਰੇ ਦੀ ਧੂੜ ਹੀ ਸਾਨੂੰ ਪ੍ਰਾਪਤ ਹੋ ਜੇ ਜੀ ਧੂੜ ਪ੍ਰਾਪਤ ਹੋ ਜੇ ਸਾਡਾ ਕਲਿਆਣ ਹੋ ਜੇ ਸਾਡਾ ਭਲਾ ਹੋ ਜੇ ਜੀ ਹਾਂਜੀ ਕਿਉਂ ਤੀਰਥ ਵੱਡਾ ਕਿ ਹਰ ਕਾ ਦਾਸ ਤੇ ਉੱਥੇ ਫਿਰ ਜਵਾਬ ਦਿੱਤਾ ਗੁਰੂ ਘਰ ਨੇ ਵੀ ਤੀਰਥ ਤੋਂ ਵੱਡਾ ਵਾਹਿਗੁਰੂ ਜੀ ਦਾ ਭਗਤ ਹੈ ਕਹਿਣ ਲੱਗੇ ਉਹ ਜ਼ਿਆਦਾ ਵੱਡਾ ਉਹ ਤੇ ਆਪ ਹੀ ਤੀਰਥ ਬਣ ਗਿਆ ਜੀ ਤੁਰਦਾ ਫਿਰਦਾ ਜੈਤ ਰਾਮ ਜੀ ਕਹਿੰਦੇ ਹੋ ਸਕਦਾ ਤੁਸੀਂ ਮੇਰੀ ਗੱਲ ਤੇ ਭਰੋਸਾ ਨਾ ਕਰੋ ਉਹ ਕਹਿੰਦੇ ਜੀ ਨਹੀਂ ਕਹਿਣ ਲੱਗੇ ਸ੍ਰੀ ਕਰਤਾ ਪੁਰਖ ਵਾਹਿਗੁਰੂ ਜੀ ਨੇ ਗੰਗਾ ਦੀ ਡਿਊਟੀ ਲਾਈ ਮੈਨੂੰ ਇਸ਼ਨਾਨ ਕਰਾਉਣ ਦੀ ਜੀ ਤੇ ਜਪਜੀ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ ਤਰਕ ਜਿਹੜਾ ਕਰੇਗਾ ਉਹ ਵਿਚਾਰਾ ਆਪ ਹੋ ਸਕਦਾ ਬਾਣੀ ਨਾ ਪੜ੍ਹਦਾ ਹੋਏ ਜਪਜੀ ਸਾਹਿਬ ਵਿੱਚ ਲਿਖਿਆ ਨੀ ਸੁਣਿਆ ਅੱਠ ਸੱਠ ਕਾ ਇਸਨਾਨ ਘਰ ਬੈਠਿਆਂ ਹੋ ਜਾਂਦਾ ਜੀ ਤੇ ਰੱਬ ਜੀ ਦੀ ਮਰਜ਼ੀ ਡਿਊਟੀ ਲਾ ਦੇ ਜੀ ਜਿੱਥੋਂ ਮਰਜ਼ੀ ਜਲ ਲਾ ਦੇ ਜੀ ਹਾਂਜੀ ਜੈਤ ਰਾਮ ਜੀ ਦੀ ਗੱਲ ਸੁਣ ਕੇ ਹੱਥ ਜੁੜੇ ਰਹਿ ਗਏ ਜੀ ਵੀ ਅਸੀਂ ਤਾਂ ਉੱਥੇ ਜਾਣਦੇ ਤੇ ਤੁਹਾਨੂੰ ਇੱਥੋਂ ਹੀ ਅੱਛਾ ਇਤਿਹਾਸ ਵਿੱਚ ਹੋਰ ਪੜ੍ਹੋ ਰਵਿਦਾਸ ਸਾਹਿਬ ਨੇ ਆਪਣੇ ਅੱਡੇ ਤੇ ਬੈਠ ਕੇ ਨਾਮ ਜਪਦੇ ਰਹਿਣਾ ਜੀ ਕਹਿਣ ਵਾਲੇ ਕਹਿਣ ਲੱਗੇ ਵੀ ਚਲੋ ਗੰਗਾ ਇਸ਼ਨਾਨ ਤੇ ਰਵਿਦਾਸ ਸਾਹਿਬ ਕਹਿਣ ਲੱਗੇ ਸਾਡੇ ਵਾਸਤੇ ਇੱਥੇ ਹੀ ਗੰਗਾ ਹੈ ਹਾਂਜੀ ਹੁਣ ਉਹ ਸਮਝ ਨਾ ਸਕੇ ਜੀ ਲੋਕ ਅਸੀਂ ਨਹੀਂ ਜੀ ਤੇ ਭਾਈ ਗੁਰਦਾਸ ਜੀ ਨੇ ਇਹ ਗੱਲ ਲਿਖੀ ਕਹਿਣ ਲੱਗੇ ਜੇ ਤੁਹਾਨੂੰ ਨਹੀਂ ਭਰੋਸਾ ਆ ਸਾਡੇ ਵੱਲੋਂ ਮਾਇਆ ਲੈ ਜਾਓ ਤੇ ਗੰਗਾ ਜੀ ਨੂੰ ਭੇਟਾ ਕਰਿਓ ਜੀ ਦੱਸਦੇ ਗੰਗਾ ਜੀ ਨੇ ਹੱਥ ਕੱਢ ਕੇ ਕਸੀਰਾ ਲਿਆ ਜੀ ਹਾਂਜੀ ਭਾਵ ਕੀ ਜੀ ਜੋ ਕੁਝ ਇਹਦਾ ਮਤਲਬ ਇਹ ਥੋੜੀ ਵੀ ਜੋ ਸਾਨੂੰ ਵੇਖ ਰਿਹਾ ਉਹ ਹੀ ਸੱਚ ਹੈ ਰੱਬ ਦੇ ਘਰ ਵਿੱਚ ਜੋ ਨਹੀਂ ਵੇਖਦਾ ਉਹ ਵੀ ਬੜਾ ਸੱਚ ਪਿਆ ਹੋਇਆ ਜੀ ਸਾਨੂੰ ਤੇ ਜੋ ਵੇਖ ਰਿਹਾ ਜੇ ਇਹੋ ਹੀ ਨਹੀਂ ਚੰਗੀ ਤਰ੍ਹਾਂ ਸਮਝਿਆ ਜਾਂਦਾ ਜੀ ਬੰਦੇ ਕੋਲੋਂ ਵੇਖਦੀ ਹੋਈ ਗੱਲ ਤੇ ਵੀ ਬੰਦੇ ਵਾਸਤੇ ਭਰੋਸਾ ਕਰਨਾ ਔਖਾ ਹੋ ਜਾਂਦਾ ਸੰਗਤ ਜੀ ਤੇ ਜੋ ਨਹੀਂ ਵੇਖ ਰਿਹਾ ਉਹਦੇ ਤੇ ਭਰੋਸਾ ਕਰਨਾ ਹੋਰ ਔਖਾ ਜੀ ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ ਆਪ ਜੀ ਦੇ ਚਰਨਾਂ ਵਿੱਚ ਸੰਗਤ ਜੀ ਬਾਹਰ ਦੀ ਦੁਨੀਆਂ ਵਿੱਚ ਅਸੀਂ ਪਹਿਲਾਂ ਵੇਖਦੇ ਹਾਂ ਫਿਰ ਭਰੋਸਾ ਕਰਦੇ ਹਾਂ ਗੁਰੂ ਘਰ ਵਿੱਚ ਇਹ ਖੇਡ ਨਹੀਂ ਹੈਗੀ ਬਾਹਰ ਦੀ ਦੁਨੀਆਂ 'ਚ ਪਹਿਲਾਂ ਬੰਦਾ ਵੇਖਦਾ ਵੇਖ ਕੇ ਫਿਰ ਮੰਨਦਾ ਵੀ ਇਹ ਗੱਲ ਸੱਚੀ ਹੈ ਪਰ ਗੁਰੂ ਘਰ ਵਿੱਚ ਪਹਿਲਾਂ ਮੰਨਣਾ ਪੈਂਦਾ ਤੇ ਫਿਰ ਵੇਖਣ ਵਿੱਚ ਕੰਮ ਆਉਂਦਾ ਜੀ ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਪਹਿਲਾਂ ਸੁਣਿਆ ਮੰਨਣਾ ਪੈਣਾ ਵੀ ਵਾਹਿਗੁਰੂ ਜੀ ਦਾ ਨਾਮ ਜਪਿਆ ਅੰਦਰ ਦਾ ਕਲਿਆਣ ਹੋਣਾ ਜੀ ਤੇ ਬਸ ਫਿਰ ਇਸ ਗੱਲ ਨੂੰ ਮੰਨ ਕੇ ਬੰਦਾ ਲੱਗ ਜੇ ਲੱਗੇਗਾ ਤੇ ਫਿਰ ਕਲਿਆਣ ਵੀ ਹੋ ਜਾਏਗਾ ਜੀ ਗੁਰੂ ਘਰ ਵਿੱਚ ਪਹਿਲਾਂ ਮੰਨਣਾ ਪੈਂਦਾ ਜੀ ਗੱਲ ਨੂੰ ਜੀ ਫਿਰ ਬੰਦੇ ਦਾ ਭਲਾ ਹੁੰਦਾ ਜੀ ਫਿਰ ਕਲਿਆਣ ਹੁੰਦਾ ਜੀ ਫਿਰ ਗੱਲ ਵੇਖਣ ਵਿੱਚ ਆਉਂਦੀ ਫਿਰ ਬੇਨਤੀ ਹੈ ਬਾਹਰ ਆਪਾਂ ਕੁਝ ਵੇਖਦੇ ਹਾਂ ਫਿਰ ਮੰਨਦੇ ਹਾਂ ਇੱਥੇ ਪਹਿਲਾਂ ਮੰਨਣਾ ਪਏਗਾ ਫਿਰ ਵੇਖਦਾ ਬੰਦੇ ਨੂੰ ਜੀ ਫਿਰ ਵੇਖਦਾ ਜੀ ਤੇ ਉਹ ਮੰਨਣਾ ਕੀ ਜੀ ਜਿੰਨਾ ਵੇਖ ਲਿਆ ਉਹਨਾਂ ਦੱਸਿਆ ਵੀ ਭਾਈ ਇਸ ਤਰ੍ਹਾਂ ਹੁੰਦਾ ਜੇ ਨਾਮ ਜਪ ਕੇ ਵੇਖ ਲਓ ਸੋ ਸਾਰਿਆਂ ਨੇ ਜੈਤੇ ਸੇਠ ਕੀ ਵੱਡੀ ਵਡਿਆਈ ਫਿਰ ਉਹਨਾਂ ਨੂੰ ਪਤਾ ਲੱਗਾ ਇਹ ਜਿਹੜੇ ਜੈਤ ਰਾਮ ਸੇਠ ਜੀ ਇਹਨਾਂ ਦੀ ਵੱਡੀ ਵਡਿਆਈ ਹੈ ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਇਹਨਾਂ ਦੀ ਅਵਸਥਾ ਤੇ ਬ੍ਰਹਮ ਗਿਆਨ ਵਾਲੀ ਹੈ ਬ੍ਰਹਮ ਗਿਆਨ ਵਾਲੀ ਜੀ ਹਾਂਜੀ ਸ਼੍ਰੀ ਗੰਗਾ ਜਿਸ ਕੇ ਘਰ ਜਾਏ ਗੰਗਾ ਜਿਹਦੇ ਘਰ ਵਿੱਚ ਆ ਰਹੀ ਹੈ ਉਚੇਚਾ ਇਸ਼ਨਾਨ ਕਰਾ ਰਹੀ ਹੈ ਸ੍ਰੀ ਕਰਤਾ ਪੁਰਖ ਵਾਹਿਗੁਰੂ ਜੀ ਨੇ ਡਿਊਟੀ ਲਾਈ ਹੈ ਜੀ ਹਾਂਜੀ ਬੰਦਾ ਨਾਮ ਜਪੀ ਜਾਏ ਸਭ ਕੁਝ ਘਰ ਵਿੱਚ ਪ੍ਰਗਟ ਹੋ ਜਾਏਗਾ ਜੀ ਸਭ ਕੁਝ ਘਰ ਵਿੱਚ ਪ੍ਰਗਟ ਹੋ ਜਾਏਗਾ ਹਾਂਜੀ ਜਾਮ ਨਿਸਾਤੇ ਦੇ ਤਨੁਹਾਏ ਹੈ ਕਹਿਣ ਲੱਗੇ ਕਮਾਲ ਦੀ ਗੱਲ ਹੈ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਇਸ਼ਨਾਨ ਕਰਾ ਕੇ ਵੀ ਗੰਗਾ ਚਲੇ ਜਾਂਦੀ ਹੈ ਜੀ
ਇਹ ਉਹਨਾਂ ਬੰਦਿਆਂ ਨੇ ਵੇਖੀ ਗੱਲ ਜੀ, ਵੇਖੀ ਜੀ। ਹਾਂਜੀ ਚਲੋ, ਕਈ ਵੀਰ ਕਹਿਣਗੇ ਜੀ ਬਾਰ ਬਾਰ ਗੰਗਾ ਦਾ ਨਾਮ, ਪਰ ਬੇਨਤੀ ਹੈ ਜੋ ਵੀ ਹੈ ਉਹ ਹੌਜ ਜਿਹੜਾ ਚ ਬੱਚਾ ਉਹ ਤੇ ਜਲ ਨਾ ਭਰ ਜਾਂਦਾ ਸੀ ਨਾ ਜੀ, ਹੈ ਉਹ ਅੱਜ ਤੱਕ ਉਹਨਾਂ ਸਾਂਭ ਕੇ ਰੱਖਿਆ, ਮੁੜ ਨਹੀਂ ਭਰਿਆ। ਜਿੰਨਾ ਚਿਰ ਤੱਕ ਜੈਤ ਰਾਮ ਜੀ ਰਹੇ ਉਨਾ ਚਿਰ ਭਰਦਾ ਰਿਹਾ ਜੀ ਉਹ ਜੀ। ਹਾਂਜੀ ਸੋ ਸਿੱਖ ਗੁਰ ਕੋ ਕਰਤ ਉਡੀਕ, ਉਹ ਜੈਤ ਰਾਮ ਜੀ ਹਰ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸੁਰਤ ਸ਼ਬਦ ਵਿੱਚ ਟਿਕਾ ਕੇ ਸਾਰੀ ਦਿਹਾੜੀ ਦੁਕਾਨ ਤੇ ਬੈਠੇ ਰਹਿਣਾ, ਮਨ ਵਿੱਚ ਫੁਰਨਾ ਆਉਣਾ, ਪੰਜ ਪੂੜੀਆਂ ਸਿੱਖਾਂ ਨੂੰ ਤੇ ਦੇਣਾ, ਕਿਹੜਾ ਵੇਲਾ ਹੋਏਗਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਵੀ ਆਉਣਗੇ ਜੀ। ਵੇਖ ਲਓ ਚਾਚੇ ਫੱਗੋ ਨੇ ਘਰ ਬਣਾ ਕੇ ਰੱਖਿਆ ਸੀ ਨਾ ਜੀ, ਹੁਣ ਇਹਨੇ ਪੂੜੀਆਂ ਬਣਾ ਕੇ ਰੱਖੀਆਂ ਜੀ। ਆਪਣੇ ਮਨ ਦੀ ਸ਼ਰਧਾ ਹੁੰਦੀ ਹੈ, ਮਨ ਦਾ ਭਰੋਸਾ ਹੁੰਦਾ ਜੀ। ਉਹ ਜੈਤ ਰਾਮ ਜੀ ਕਹਿੰਦੇ ਸੋ ਸਿੱਖ ਗੁਰ ਕੋ ਕਰਤ ਉਡੀਕ, ਉਡੀਕਣ ਦੇ ਸਨ ਜੀ। ਹਾਂਜੀ ਆਏ ਕਬੋਹ ਦੇ ਦਰਸ਼ਨ ਨੀਕ, ਦੁਕਾਨ ਤੇ ਬਹਿ ਜਾਣਾ ਤੇ ਨਾਮ ਜਪੀ ਜਾਣਾ, ਤੇ ਅੰਦਰ ਆਸ ਸੀ ਵੀ ਕਦੀ ਤੇ ਆਉਣਗੇ ਨਾ ਗੁਰੂ ਤੇਗ ਬਹਾਦਰ ਸਾਹਿਬ, ਕਦੀ ਤੇ ਸਾਡੇ ਤੇ ਮਿਹਰ ਹੋਏਗੀ। ਹਾਂਜੀ ਮਮ ਕਰ ਕੋ ਕੀਨਸ ਪਕਵਾਨ, ਹਾਂਜੀ ਬੈਠ ਸਦਨ ਮਹਿ ਕਰ ਹੈ ਖਾਨ। ਤੇ ਜੈਤ ਰਾਮ ਸੇਠ ਜੀ ਇਹ ਫੁਰਨਾ ਰੱਖ ਕੇ ਬੈਠੇ ਵੀ ਸਤਿਗੁਰੂ ਘਰ ਵਿੱਚ ਆਉਣ ਤੇ ਮੈਂ ਆਪਣੇ ਹੱਥਾਂ ਨਾਲ ਪੂੜੀਆਂ ਕੱਢ ਕੇ ਗੁਰੂ ਜੀ ਨੂੰ ਛਕਾਵਾਂ ਜੀ। ਹੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ ਵੇਖ ਲਓ ਕੈਸਾ ਪਿਆਰ ਹੋਏਗਾ ਜੀ। ਹਾਂਜੀ ਇਹ ਤਰਕੀ ਬੰਦਿਆਂ ਵਿੱਚ ਐਸਾ ਪਿਆਰ ਨਹੀਂ ਹੋ ਸਕਦਾ, ਜਿਹੜੇ ਸਤਿਗੁਰੂ ਨਾਲ ਪਿਆਰ ਕਰਦੇ ਉਹ ਐਸਾ ਪਿਆਰ ਕਰਦੇ ਜੀ, ਉਹ ਐਸਾ ਕਰਦੇ ਜੀ। ਬੜੀ ਭਾਵਨਾ, ਦੁਕਾਨ ਤੇ ਬੈਠੇ ਰਹਿਣਾ, ਅੰਦਰ ਅਰਦਾਸਾਂ ਕਰਦੇ ਰਹਿਣਾ, ਮਹਾਰਾਜ ਦਰਸ਼ਨ ਦਿਓ, ਕਿਰਪਾ ਕਰੋ। ਹਾਂਜੀ ਰਹਿਤ ਪ੍ਰਤੀਖਤ ਸੁਣ ਗੁਣ ਗੁਰ ਕੋ, ਤੇ ਹਰ ਰੋਜ਼ ਗੁਰੂ ਜੀ ਦਾ ਕੋਈ ਨਾ ਕੋਈ ਗੁਣ ਸੁਣਦੇ ਰਹਿਣਾ ਜੀ। ਜਿਹਦੇ ਅੰਦਰ ਪਿਆਰ ਹੋਏਗਾ ਨਾ ਜੀ, ਉਹ ਗੁਰੂ ਜੀ ਦੇ ਗੁਣ ਸੁਣ ਕੇ ਬੜਾ ਖੁਸ਼ ਹੋਏਗਾ ਜੀ। ਜਿਉਂ ਜਿਉਂ ਗੁਣ ਸੁਣੀ ਜਾਏਗਾ ਨਾ ਜੀ, ਤਿਉਂ ਤਿਉਂ ਅੰਦਰ ਖੁਸ਼ੀ ਵਧੀ ਜਾਏਗੀ ਜੀ ਉਹਦੇ ਜੀ, ਅੰਦਰ ਖੇੜਾ ਵਧੀ ਜਾਏਗਾ। ਜੈਤ ਰਾਮ ਜੀ ਅਵਸਥਾ ਬਹੁਤ ਵੱਡੀ ਜੀ, ਤੇ ਦੁਕਾਨ ਤੇ ਬੈਠੇ ਰਹਿਣਾ, ਮਹਾਰਾਜ ਸੱਚੇ ਪਾਤਸ਼ਾਹ ਨੂੰ ਉਡੀਕਦੇ ਰਹਿਣਾ ਜੀ। ਜਿਉਂ ਜਿਉਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਣ ਸੁਣਨੇ, ਤਿਉਂ ਤਿਉਂ ਚਾਹ ਹੋਰ ਵਧੀ ਜਾਣਾ ਜੀ। ਹਾਂਜੀ ਨਿਸ ਬਾਸਰ ਅਨੁਰਾਗੀ ਉਰਕੋ, ਤੇ ਨਿਸ ਬਾਸਰ ਅਨੁਰਾਗੀ ਉਰਕੋ, ਪ੍ਰੇਮ ਦੀਆਂ ਨੌ ਨਿਸ਼ਾਨੀਆਂ ਵਿਦਵਾਨਾਂ ਲਿਖੀਆਂ ਜੀ। ਹਾਂਜੀ ਐਸ਼ਕਾਰਾ ਆਸ਼ਕਾਰਾ ਨਵ ਨਿਸ਼ਾਨੀ ਐ ਪਿਸਰ, ਹੇ ਪੁੱਤਰ ਆਸ਼ਕ ਬੰਦਿਆਂ ਦੀਆਂ ਨੌ ਨਿਸ਼ਾਨੀਆਂ ਹੁੰਦੀਆਂ ਜੀ, ਉਹਦੇ ਵਿੱਚੋਂ ਆਹੇ ਸਰਦੋ ਰੰਗ ਜਰਦੋ, ਹਰ ਵਕਤ ਹੌਕੇ ਲੈਣੇ ਦੀ, ਉਡੀਕ ਕਰਦੇ ਰਹਿਣਾ ਤੇ ਉਡੀਕ 'ਚ ਰੰਗ ਪੀਲੇ ਪਏ ਰਹਿਣੇ ਦੀ, ਚਸ਼ਮ ਤਰ ਅੱਖਾਂ ਗਿੱਲੀਆਂ ਰਹਿਣੀਆਂ ਭਿੱਜੀਆਂ ਰਹਿਣੀਆਂ ਜੀ, ਕਿਹੜਾ ਵੇਲਾ ਹੋਵੇ ਮੇਰੇ ਮਾਲਕ ਸੱਚੇ ਪਾਤਸ਼ਾਹ ਆਉਣ ਜੀ। ਇੱਥੋਂ ਤੱਕ ਦਸਤੇ ਸਰ ਹੱਥ ਜਿਹੜਾ ਉਹ ਕਈ ਵਾਰੀ ਸਿਰ 'ਤੇ ਵੀ ਰੱਖ ਲੈਂਦਾ ਵੀ ਛੇਤੀ ਆ ਜਾਣ ਜੀ। ਨੌ ਨਿਸ਼ਾਨੀਆਂ 'ਚ ਕਿਸੇ ਦਿਨ ਇਹਨਾਂ ਦਾ ਵਿਸਥਾਰ ਸਹਿਤ ਜ਼ਿਕਰ ਕਰਾਂਗੇ। ਦਿਨ ਰਾਤ ਗੁਰੂ ਤੇਗ ਬਹਾਦਰ ਸਾਹਿਬ ਵੱਲ ਧਿਆਨ ਜੀ, ਦਿਨ ਰਾਤ ਜੀ, ਦੂਜੀ ਕੋਈ ਗੱਲ ਨਹੀਂ ਜੀ, ਦਿਨ ਰਾਤ ਧਿਆਨ। ਜਦੋਂ ਕਿਸੇ ਸਿੱਖ ਨੇ ਆਉਣਾ, ਪੰਜ ਪੂੜੀਆਂ ਦੇਣੀਆਂ ਜੀ, ਉਹਨੂੰ ਕਹਿਣਾ ਮੇਰੀ ਅਰਦਾਸ ਕਰ ਗੁਰੂ ਤੇਗ ਬਹਾਦਰ ਸਾਹਿਬ ਕਿਤੇ ਮੈਨੂੰ ਦਰਸ਼ਨ ਦੇ ਦੇਣ ਜੀ। ਵਾਹਿਗੁਰੂ ਆਖੋ, ਵਾਹਿਗੁਰੂ ਵਾਹਿਗੁਰੂ, ਮੇਰੀ ਅਰਦਾਸ ਕਰ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਦਰਸ਼ਨ ਦੇ ਦੇਣ। ਤੇ ਪੂੜੀਆਂ ਛਕਣ ਵਾਲੇ ਨੇ ਜਦੋਂ ਕਰਨੀ ਅਰਦਾਸ, ਉਹਨੇ ਤੇ ਆਪਣੇ ਹਿਸਾਬ ਨਾਲ ਅਰਦਾਸ ਕਰਨੀ, ਤੇ ਜੈਤ ਰਾਮ ਸੇਠ ਜੀ ਵੈਰਾਗੀ ਹੋ ਜਾਂਦੇ ਹੁੰਦੇ ਸੀਗੇ ਜੀ, ਨੇਤਰਾਂ 'ਚ ਜਲ ਆ ਜਾਣਾ ਵੀ ਕਦੋਂ ਮੈਨੂੰ ਦਰਸ਼ਨ ਹੋਣਗੇ। ਗੁਰਮੁਖੋ ਗੁਰੂ ਜੀ ਦੇ ਦਰਸ਼ਨ ਉਹਨਾਂ ਨੂੰ ਹੀ ਪਤਾ ਜਿਨ੍ਹਾਂ ਨੂੰ ਦਰਸ਼ਨਾਂ ਦੀ ਪਿਆਸ ਲੱਗ ਗਈ ਹੈ ਜੀ, ਦੂਜੇ ਨੂੰ ਦਰਸ਼ਨ ਦੀ ਕੀਮਤ ਦਾ ਨਹੀਂ ਪਤਾ ਲੱਗਣਾ ਜੀ, ਨਹੀਂ ਪਤਾ ਲੱਗਣਾ। ਬਸ ਉਡੀਕਦੇ ਰਹਿਣਾ ਨਿਸ ਬਾਸਰ ਅਨੁਰਾਗੀ ਉਰਕੋ, ਦਿਨ ਰਾਤ
ਅੰਦਰ ਦਾ ਪਿਆਰ ਰੱਖਣਾ ਜੀ ਜੈਤ ਰਾਮ ਜੀ ਨੇ। ਹਾਂਜੀ ਤਿਸਕੇ ਮਨ ਕੀ ਗਤ ਕੋ ਜਾਨ ਤੇ ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਰੋਜ਼ ਦੀਆਂ ਉਡੀਕਾਂ, ਰੋਜ਼ ਦੀਆਂ ਅਰਦਾਸਾਂ, ਦਿਨ ਰਾਤ ਦਾ ਸਿਮਰਨ, ਸੱਚੇ ਪਾਤਸ਼ਾਹ ਗਿਆ ਵਿੱਚ ਪਹੁੰਚੇ ਤੇ ਉਹ ਸਿਮਰਨ, ਉਹ ਉਡੀਕਾਂ, ਉਹ ਅਰਦਾਸਾਂ ਖਿੱਚ ਪਾਉਣ ਜੀ ਗੁਰੂ ਜੀ ਨੂੰ ਜੀ, ਖਿੱਚ ਪਾਉਣ ਜੀ। ਜਿਵੇਂ ਚਾਚਾ ਫੱਗੋ ਜੀ ਖਿੱਚ ਪਾਉਂਦੇ ਸੀ ਨਾ ਜੀ, ਮਹਾਰਾਜ ਸੱਚੇ ਪਾਤਸ਼ਾਹ ਨੂੰ ਖਿੱਚ ਪਵੇ ਜੀ। ਮਹਾਰਾਜ ਬੈਠੇ ਬੈਠੇ ਉਹਦੇ ਮਨ ਦੀ ਸਾਰੀ ਗੱਤ ਜਾਣਗੇ ਜੀ। ਹਾਂਜੀ ਪਹੁੰਚੇ ਸ਼੍ਰੀ ਸਤਿਗੁਰ ਭਗਵਾਨ ਤੇ ਹੁਣ ਗੁਰੂ ਸਾਹਿਬ ਛੇਤੀ ਛੇਤੀ ਜੈਤ ਰਾਮ ਸੇਠ ਕੋਲ ਪਹੁੰਚਣਾ ਚਾਹੁੰਦੇ ਜੀ। ਜੈਤ ਰਾਮ ਸੇਠ ਕੋਈ ਉਹਨੂੰ ਮਤਲਬ ਸੰਸਾਰੀ ਖਾਹਿਸ਼ ਨਹੀਂ ਹੈਗੀ ਜੀ। ਖੁਦ ਵੇਖੋ ਕਰਤਾ ਪੁਰਖ ਵਾਹਿਗੁਰੂ ਜੀ ਨੇ ਜਿਹਦੇ ਨਹਾਉਣ ਵਾਸਤੇ ਗੰਗਾ ਦਾ ਪ੍ਰਬੰਧ ਕੀਤਾ ਜੀ, ਉਹਦੀ ਅਵਸਥਾ ਕਿੱਡੀ ਵੱਡੀ ਹੋਏਗੀ ਜੀ। ਹੈਂ ਘਰ ਵਿੱਚ ਹੀ ਆ ਜਾਂਦੀ ਜੀ, ਘਰ ਵਿੱਚ ਹੀ ਆ ਜਾਂਦੀ ਜੀ। ਅਤੇ ਤੁਸੀਂ ਖੁਦ ਸਭ ਲਓ, ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਜੈਤ ਰਾਮ ਜੀ ਦੇ ਘਰ ਜਾਣ ਦਾ ਫੁਰਨਾ ਬਣਾਇਆ ਵੀ ਛੱਗੀਏ ਉਹਦੀਆਂ ਪੂੜੀਆਂ ਜਾ ਕੇ। ਪੂੜੀਆਂ ਨਾਲ ਪਿਆਰ ਨਹੀਂ ਸੀ ਹੈਗਾ ਜੀ, ਗੱਲ ਤੇ ਜੈਤ ਰਾਮ ਜੀ ਦੇ ਪਿਆਰ ਦੀ ਹੈ ਜੀ। ਹਾਂਜੀ ਚਹਿ ਪ੍ਰੇਮ ਡੋਰ ਤੇ ਜਹ ਜਹ ਭਾਈ ਸੰਤੋਖ ਸਿੰਘ ਜੀ ਕਹਿੰਦੇ ਸਾਧ ਸੰਗਤ ਜੀ, ਜਿੱਥੇ ਕੋਈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿਆਰ ਦੀ ਡੋਰ ਪਾ ਕੇ ਖਿੱਚ ਰਿਹਾ ਹੈ। ਹਾਂਜੀ ਕਰ ਤੂਰਨ ਤਾ ਪਹੁੰਚੇ ਤੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਛੇਤੀ ਕਰਕੇ ਉਸੇ ਪਾਸੇ ਹੀ ਪਹੁੰਚੀ ਜਾਂਦੇ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ, ਉਸੇ ਪਾਸੇ ਹੀ ਪਹੁੰਚੀ ਜਾਂਦੇ ਜੀ। ਕਿਉਂ? ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖਾਂ ਦੀ ਭਾਵਨਾ ਨੂੰ ਪਹਿਲਾਂ ਫਲ ਲਾਉਂਦੇ ਜੀ। ਹਾਂਜੀ ਦੀਨ ਦਿਆਲ ਕੀ ਬਾਨ ਬਿਸਾਲਾ, ਹਾਂਜੀ ਫਰਕ ਹੈ ਪ੍ਰੇਮ ਮਿਲੇ ਤਤਕਾਲ। ਹੱਥ ਜੋੜੋ ਤੇ ਆਖੀਏ ਸਾਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਤੁਸੀਂ ਖੁਦ ਸਾਹਿਬ ਲਾਓ, ਭਾਈ ਸੰਤੋਖ ਸਿੰਘ ਜੀ ਨੇ ਕਿੰਨੀ ਮਿਹਨਤ ਕੀਤੀ ਜੀ ਇਸ ਗ੍ਰੰਥ ਤੇ, ਮਹਾਰਾਜ ਨੇ ਲਿਖਾਇਆ ਜੀ ਉਹਨਾਂ ਕੋਲੋਂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਦੀਨ ਦਿਆਲ ਕੀ ਬਾਨ ਬਿਸਾਲਾ, ਭਾਈ ਜਿਹੜੇ ਸਤਿਗੁਰੂ ਨੇ ਨਾ ਗੁਰੂ ਤੇਗ ਬਹਾਦਰ ਸਾਹਿਬ ਦੀਨ ਦਿਆਲੂ, ਇਹਨਾਂ ਦਾ ਸੁਭਾਅ ਪਤਾ ਕੀ ਹੈ? ਇਹ ਪਰਖ ਹੈ ਪ੍ਰੇਮ ਮਿਲੇ ਤਤਕਾਲਾ, ਪਹਿਲਾਂ ਪ੍ਰੇਮ ਨੂੰ ਪਰਖਦੇ ਵੀ ਨੇ ਜੀ। ਇਸ ਗੱਲ ਵੱਲ ਵੀ ਧਿਆਨ ਰੱਖਣਾ, ਝੂਠੀ ਮੁੱਠੀ ਆਖੀ ਜਾਣਾ ਵੀ ਸਾਡਾ ਬੜਾ ਪਿਆਰ ਹੈ, ਉਹ ਗੱਲ ਨਹੀਂ ਬਣਦੀ ਜੀ। ਹੈਂ ਝੂਠੀ ਮੁੱਠੀ ਵਾਲੀ ਵੀ ਫੌਜ ਹੋ ਸਕਦੀ ਹੈ ਜੀ। ਹਾਂਜੀ ਕਿਸੇ ਨੂੰ ਵੇਖ ਕੇ ਆਖੀ ਜਾਣਾ ਜੀ ਮੇਰਾ ਵੀ ਬੜਾ ਗੁਰੂ ਜੀ ਨਾਲ ਪਿਆਰ ਹੈ ਜੀ, ਐਤਾ ਨਹੀਂ। ਪਰਖ ਹੈ ਪ੍ਰੇਮ ਮਿਲ ਹੈ ਤਤਕਾਲਾ, ਪਹਿਲਾਂ ਪ੍ਰੇਮ ਪਰਖਦੇ ਜੀ, ਵੇਖਣ ਦੇ ਵੀ ਜੈਤ ਰਾਮ ਸੇਠ ਸੱਚੀ ਮੁੱਚੀ ਪਿਆਰ ਕਰਦਾ। ਪਰ ਜਦੋਂ ਉਹਨੇ ਹਰ ਸਿੱਖ ਨੂੰ ਕਹਿਣਾ, ਸਿੱਖੋ ਓਏ ਮੇਰੀ ਅਰਦਾਸ ਕਰ ਦਿਓ ਗੁਰੂ ਤੇਗ ਬਹਾਦਰ ਸਾਹਿਬ ਛੇਤੀ ਆ ਕੇ ਦਰਸ਼ਨ ਦੇਣ ਜੀ, ਪਤਾ ਨਹੀਂ ਇਹਨਾਂ ਸਿੱਖਾਂ ਨੂੰ ਦਰਸ਼ਨ ਕਰਕੇ ਕਿਹੜਾ ਆਨੰਦ ਮਿਲਦਾ ਹੋਏਗਾ ਜੀ। ਓਏ ਮੇਰੀ ਅਰਦਾਸ ਕਰੋ ਛੇਤੀ ਆਉਣ ਗੁਰੂ ਸਾਹਿਬ। ਮਹਾਰਾਜ ਨੇ ਪਰਖ ਪ੍ਰੇਮ ਵੇਖਿਆ ਜੀ, ਫਿਰ ਪ੍ਰੇਮ ਪਰਖਿਆ, ਦਿਨ ਰਾਤ ਸਾਡੇ ਅੰਦਰ ਕੀ ਚੱਲ ਰਿਹਾ ਦੂਜੇ ਬੰਦੇ ਨੂੰ ਨਹੀਂ ਪਤਾ, ਗੁਰੂ ਸਾਹਿਬ ਨੂੰ ਪਤਾ ਜੀ, ਗੁਰੂ ਸਾਹਿਬ ਨੂੰ ਪਤਾ। ਮਹਾਰਾਜ ਬਖਸ਼ ਲੈਣ ਸਾਨੂੰ, ਗੁਰੂ ਸਾਹਿਬ ਨੂੰ ਪਤਾ। ਮਹਾਰਾਜ ਨੇ ਸਾਰੀਆਂ ਗੱਲਾਂ ਪਰਖੀਆਂ ਵੀ ਅੰਦਰੋਂ ਚਾਹੁੰਦਾ ਜੀ। ਤੇ ਹੁਣ ਭਾਈ ਸੰਤੋਖ ਸਿੰਘ ਜੀ ਕਹਿੰਦੇ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਪ੍ਰੇਮ ਪਰਖਦੇ ਨੇ, ਫਿਰ ਤਤਕਾਲ ਹੀ ਮਿਲਦੇ ਜਾ ਕੇ ਜੀ। ਜਦੋਂ ਪ੍ਰੇਮ ਪਰਖ 'ਚ ਬੰਦਾ ਪੂਰਾ ਹੋ ਜਾਵੇ ਨਾ ਜੀ, ਫਿਰ ਤਤਕਾਲ ਮਿਲਦੇ ਜਾ ਕੇ ਉਹਨੂੰ। ਹਾਂਜੀ ਗੋਹਜ ਹਿਰਦੇ ਕੀ ਗੱਤ ਕੋ ਲਖ, ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਗੋਹਜ ਹਿਰਦੇ ਕੀ ਗੱਤ ਕੋ ਲਖੈ, ਮਹਾਰਾਜ ਸੱਚੇ ਪਾਤਸ਼ਾਹ ਗੁੱਝੇ ਹਿਰਦੇ ਦੀਆਂ ਗੱਲਾਂ ਨੂੰ ਜਾਣ ਲੈਂਦੇ ਜੀ। ਬੜਾ ਗੁੱਝਾ ਬੰਦਾ, ਕਈਆਂ ਦਾ ਤੇ ਸੁਭਾਅ ਹੁੰਦਾ ਨਾ ਜੀ ਵੀ ਜੋ ਅੰਦਰ ਉਹਨਾਂ ਬੋਲ ਕੇ ਦੱਸ ਦੇਣਾ ਜੀ। ਹਾਂਜੀ ਪਰ ਗੱਲ ਗੁੱਝੀ ਰੱਖਣੀ ਜੀ, ਮਨ ਵਿੱਚ ਰੱਖਣੀ, ਮਹਾਰਾਜ ਉਹ ਵੀ ਗੱਲ ਸਾਰੀ ਜਾਣ ਲੈਂਦੇ ਜੀ। ਹਾਂਜੀ ਕਰਤ ਬਾਸ ਪ੍ਰਭ ਘੱਟ ਘੱਟ ਬਿਖੈ, ਤੇ ਸਾਧ ਸੰਗਤ ਜੀ ਇਹ ਬਚਨ ਸੁਣ ਕੇ ਡਰ ਵੀ ਲੱਗਦਾ ਜੀ, ਕਿਉਂ ਬੰਦੇ ਕੋਲ ਬੜੀਆਂ ਭੁੱਲਾਂ ਹੁੰਦੀਆਂ ਜੀ। ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਭਾਈ ਸੰਤੋਖ ਸਿੰਘ ਜੀ ਲਿਖ ਰਹੇ, ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਘੱਟ ਘੱਟ ਵਿੱਚ ਵੱਸਦੇ ਜੀ, ਪਰਮੇਸ਼ਰ ਰੂਪ ਨੇ ਨਾ ਜੀ, ਤੇ ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਹਾਂਜੀ, ਨਗਰ ਪ੍ਰਵੇਸ਼ ਭਏ ਗੁਰ ਪੂਰੇ, ਤੇ ਫਿਰ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ, ਜੈਤ ਰਾਮ ਦੀਆਂ ਉਡੀਕਾਂ, ਦਿਨ ਰਾਤ ਦਾ ਪਿਆਰ, ਕਈ ਅਰਦਾਸਾਂ, ਅੰਦਰ ਦਾ ਚਾਅ ਪਰਖ ਵਿੱਚ ਪੂਰੇ ਹੋਏ, ਤੇ ਧੰਨ ਸੱਚੇ ਪਾਤਸ਼ਾਹ ਸਮੇਤ ਸੰਗਤਾਂ ਦੇ ਆਲਮਗੰਜ ਨਗਰ ਵਿੱਚ ਆ ਕੇ ਕਹਿਣ ਲੱਗੇ। ਕੇਵਲ ਜੈਤ ਰਾਮ ਜੀ ਦੇ ਪਿਆਰ ਕਰਕੇ ਆਏ ਗੁਰੂ ਜੀ। ਹਾਂਜੀ, ਕਰਤ ਬਿਲੋਕਨ ਬਿਪਨੀ ਰੂਰੇ, ਮਹਾਰਾਜ ਹੁਣ ਪਟਨੇ ਸ਼ਹਿਰ, ਕਿਉਂ ਇਹ ਪਟਨੇ ਸ਼ਹਿਰ ਦਾ ਇਲਾਕਾ ਹੈਗਾ ਜੀ, ਮਹਾਰਾਜ ਸਾਹਿਬ ਨਾ ਜੀ ਦੁਕਾਨਾਂ ਵੇਖਣ ਦੇ ਜੀ ਪਟਨੇ ਸਾਹਿਬ ਦੀਆਂ। ਹਾਂਜੀ, ਮੰਦਰ ਸੁੰਦਰ ਅੰਦਰ ਬਾਹਰ, ਤੇ ਮਹਾਰਾਜ ਵੇਖ ਰਹੇ ਬੜੇ ਬੜੇ ਸੋਹਣੇ ਘਰ ਬਣੇ ਨੇ ਇਸ ਨਗਰ ਦੇ। ਹਾਂਜੀ, ਧਨੀ ਲੋਕ ਬਹੁ ਬਸ ਹੈ ਜਾਹਰ, ਤੇ ਬੜੇ ਬੜੇ ਅਮੀਰ ਲੋਕ ਪਟਨੇ ਵਿੱਚ ਰਹਿੰਦੇ ਨੇ ਜੀ। ਗੁਰਮੁਖੋ, ਇਹ ਪਟਨਾ ਸਾਹਿਬ ਦੀ ਧਰਤੀ ਦਾ ਪਹਿਲਾ ਨਾਮ ਪਾਟਲੀਪੁੱਤਰ ਸੀ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਆਏ ਨਾ ਜੀ, ਉਵੇਂ ਗੁਰੂ ਨਾਨਕ ਸਾਹਿਬ ਵੀ ਇੱਥੇ ਆਏ ਹੈਗੇ ਜੀ। ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਨੇ ਵੀ ਇੱਥੇ ਚਰਨ ਪਾਏ, ਬਚਨ ਉਹ ਹੀ ਸੱਚੇ ਹੋ ਰਹੇ ਜੀ। ਭਾਈ ਮਰਦਾਨਾ ਜੀ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਭੁੱਖ ਲੱਗੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਨਾ ਜੀ ਆਪਣਾ ਚਰਨ ਲਾਇਆ, ਗੁਰੂ ਸਮਰੱਥ ਹੈ, ਸੱਚੇ ਪਾਤਸ਼ਾਹ ਕੁਝ ਵੀ ਕਰ ਸਕਦੇ ਜੀ। ਮਹਾਰਾਜ ਨੇ ਚਰਨ ਹਿਲਾਇਆ ਤੇ ਥੱਲੋਂ ਕੀਮਤੀ ਲਾਲ ਨਿਕਲ ਆਇਆ ਜੀ। ਵਾਹਿਗੁਰੂ। ਹਾਂਜੀ, ਹੁਣ ਆਪਾਂ ਜਿਹਨੂੰ ਚਰਨ ਦੀ ਛਾਂ ਛੱਡ ਕੇ ਭਾਵੇਂ ਕਈਆਂ ਫੜ ਲਈਏ ਤੇ ਲਾਲ ਲੱਭੀਏ ਹਾਂ ਥੱਲੋਂ ਜੀ, ਵੀ ਲਾਲ ਨਿਕਲੇ, ਲਾਲ ਲਾਲ ਦੀ ਛਾਂ ਥਾਂ ਤੇ ਹੋ ਸਕਦਾ ਥੱਲੋਂ ਇੱਟ ਵੀ ਨਾ ਨਿਕਲੇ ਜੀ। ਕੋਈ ਪਤਾ ਜੀ ਥੱਲੇ ਕੀ ਪਿਆ, ਸਾਨੂੰ ਕੀ ਪਤਾ ਜੀ। ਗੁਰੂ ਸਾਹਿਬ ਜੋ ਮਰਜ਼ੀ ਪ੍ਰਗਟ ਕਰ ਦੇਣ ਜੀ, ਸਤਿਗੁਰੂ ਕੀ ਲੀਲਾ ਸਤਿਗੁਰ ਜਾਣੈ, ਜੋ ਕਿਛ ਕਰੈ ਸੋ ਆਪਣ ਪਾਣੈ। ਮਹਾਰਾਜ ਕਹਿੰਦੇ, ਮਰਦਾਨਿਆ ਬਾਜ਼ਾਰ ਜਾ ਤੇ ਲਾਲ ਨੂੰ ਵੇਚ ਆ ਤੇ ਜੋ ਮਰਜ਼ੀ ਲੈ ਆ, ਜੋ ਮਰਜ਼ੀ ਛਕ ਲੈ। ਮਰਦਾਨਾ ਜੀ ਫਲਾਂ ਵਾਲੀ ਦੁਕਾਨ ਤੇ ਚਲੇ ਗਏ। ਫਲਾਂ ਵਾਲੇ ਬੰਦੇ ਨੂੰ ਹੁਣ ਕੀ ਪਤਾ ਜੀ ਵੀ ਕੌਣ ਹੈ, ਮਤਲਬ ਇਹ ਕੀ ਚੀਜ਼ ਹੈ ਜੀ। ਉਹਨੇ ਕੋਈ ਮੁੱਲ ਨਾ ਪਾਇਆ, ਦੋ ਤਿੰਨ ਕੁ ਹੋਰ ਗਏ। ਹਾਂਜੀ, ਤੇ ਸਾਰੇ ਪੱਥਰ ਆਖੀ ਜਾਣ ਜੀ, ਤੇ ਮਰਦਾਨਾ ਜੀ ਉੱਥੇ ਗਏ। ਜੋਹਰੀਆਂ ਦਾ ਇੱਕ ਬਾਜ਼ਾਰ ਸੀਗਾ ਜੀ। ਹਾਂਜੀ, ਮਰਦਾਨਾ ਜੀ ਇੱਕ ਜੌਹਰੀ ਦੀ ਦੁਕਾਨ ਤੇ ਗਏ ਜੀ। ਜੌਹਰੀ ਆਪਣੀ ਦੁਕਾਨ 'ਚ ਬੈਠਾ, ਜੌਹਰੀ ਨੂੰ ਵੀ ਨਹੀਂ ਪਤਾ ਵੀ ਅੱਜ ਮੇਰਾ ਜੀਵਨ ਬਦਲ ਜਾਣਾ ਜੀ। ਮਰਦਾਨਾ ਜੀ ਦੇ ਕੱਪੜੇ ਸਾਦੇ ਜੇ, ਹੱਥ ਵਿੱਚ ਲਾਲ ਫੜਿਆ ਜੀ। ਆਹ ਜਿਹੜੇ ਨਿੱਕੇ ਨਿੱਕੇ ਨੱਗ ਹੈ ਨਾ ਜੀ, ਆਹ ਜੌਹਰੀਆਂ ਕੋਲ ਹੁੰਦੇ ਜੀ, ਇਹਨਾਂ ਦੀ ਬੜੀ ਕੀਮਤ ਹੁੰਦੀ ਜੀ। ਇੰਨਾ ਵੱਡਾ ਕੀਮਤੀ ਨੱਗ ਕਿਸੇ ਕੋਲ ਹੋਵੇ ਜੀ, ਲਾਲ ਹੋਵੇ ਜੀ, ਹੱਥ ਵਿੱਚ ਲਾਲ ਫੜਿਆ ਤੇ ਉਸ ਜੌਹਰੀ ਨੂੰ ਵਿਖਾਇਆ ਜੀ। ਉਹਨੇ ਵੇਖਿਆ ਵੀ ਬੰਦਾ ਤੇ ਸਧਾਰਨ ਦਾ ਤੇ ਚੀਜ਼ ਬੜੀ ਕੀਮਤੀ ਲਈ ਫਿਰਦਾ ਜੀ, ਹੈ। ਜੌਹਰੀ ਕਹਿਣ ਲੱਗਾ, ਬਹਿ ਮੇਰੀ ਦੁਕਾਨ ਵਿੱਚ। ਮਰਦਾਨਾ ਜੀ ਨੂੰ ਉਹਨੇ ਬਿਠਾਇਆ ਜੀ ਆਪਣੀ ਦੁਕਾਨ ਵਿੱਚ ਸਤਿਕਾਰ ਨਾਲ, ਤੇ ਨਾ ਜੀ ਉਸ ਲਾਲ ਨੂੰ ਨਾ ਜੀ ਉਸ ਜ਼ਮਾਨੇ ਦਾ ਸੌ ਦਮੜਾ ਜੀ, ਉਸ ਜ਼ਮਾਨੇ 'ਚ ਜਿਹੋ ਜਿਹੀ ਮਾਇਆ ਚੱਲਦੀ ਸੀ, ਉਹ ਲਾਲ ਦੇ ਅੱਗੇ ਰੱਖ ਕੇ ਤੇ ਮੱਥਾ ਟੇਕੇ ਜੀ ਲਾਲ ਨੂੰ ਜੀ, ਤੇ ਕਹਿਣ ਲੱਗੇ ਵੀ ਮਰਦਾਨਿਆ ਲੈ ਲਾ। ਉਹ ਭਾਈ ਮਰਦਾਨੇ ਨੂੰ ਆਖਿਆ ਵੀ ਲੈ ਵੀ ਲੈ ਲਾ, ਤੇ ਲਾਲ ਵੀ ਦੇ ਤਾ ਤੇ ਮਾਇਆ ਵੀ ਦੇ ਤੀ। ਮਰਦਾਨਾ ਜੀ ਕਹਿਣ ਲੱਗੇ ਵੀ ਲਾਲ ਤੇ ਰੱਖ ਲਓ। ਉਹ ਕਹਿੰਦੇ ਨਾ ਭਾਈ, ਮੇਰੀ ਸਾਰੀ ਦੁਕਾਨ ਵਿਕ ਵੀ ਜਾਏ ਨਾ, ਇਸ ਲਾਲ ਦੀ ਕੀਮਤ ਮੈਂ ਸਾਰਾ ਕੁਝ ਵੇਚ ਕੇ ਵੀ ਤੈਨੂੰ ਦੇ ਨਹੀਂ ਸਕਦਾ। ਕਹਿਣ ਲੱਗੇ ਇਹ ਏਡਾ ਕੀਮਤੀ ਹੈ, ਇਹ ਹੈ ਵੀ ਮੈਂ ਤੇ ਇਹਦੇ ਦਰਸ਼ਨ ਹੀ ਭੇਟਾ ਤੈਨੂੰ ਦੇ ਰਿਹਾ, ਇਹ ਵੀ ਥੋੜੀ ਹੈ। ਮਰਦਾਨਾ ਜੀ ਬੜੇ ਹੈਰਾਨ ਹੋਣ ਵੀ ਆਹ ਮਹਾਰਾਜ ਨੇ ਚਰਨ ਪਾ ਕੇ ਕੀ ਕੱਢ ਦਿੱਤਾ ਜੀ, ਹੈਂ, ਇਹਦੀ ਤੇ ਬੜੀ ਕੀਮਤ ਹੈ। ਤੇ ਫਿਰ ਉਹਨਾਂ ਮਹਾਰਾਜ ਨੂੰ ਪੁੱਛੇ, ਉਹ ਜੌਹਰੀ ਪੁੱਛਦਾ, ਇਹ ਤੈਨੂੰ ਪ੍ਰਾਪਤ ਕਿੱਥੋਂ ਹੋਇਆ, ਕੱਪੜੇ ਤੇਰੇ ਸਾਦੇ ਜਿਹੜੇ, ਦੱਸ ਤੈਨੂੰ ਕਿੱਥੋਂ ਮਿਲਿਆ। ਉਹਨੇ ਫਿਰ ਦੱਸਿਆ,
ਮੇਰੇ ਮਾਲਕ ਨੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ, ਮੈਂ ਆਖਿਆ ਸੀ ਭੁੱਖ ਲੱਗੀ ਕੁਝ ਛਕਣਾ ਤੇ ਛਕਣ ਲਈ ਮੈਨੂੰ ਹੁਣ ਤੱਕ ਨਹੀਂ ਕੁਝ ਮਿਲਿਆ, ਹੈ ਕਦੀ ਇੱਧਰ ਘੁੰਮ ਰਿਹਾ ਕਦੀ ਇੱਧਰ। ਮੇਰੇ ਮਾਲਕ ਗੁਰੂ ਜੀ ਨੇ ਚਰਨ ਮਾਰੇ, ਭਾਵ ਚਰਨ ਲਾਇਆ ਥੱਲੇ, ਥੋੜਾ ਜਿਹਾ ਖੋਦੀ ਜ਼ਮੀਨ ਤੇ ਥੱਲੋਂ ਲਾਲ ਨਿਕਲਿਆ ਜ਼ਮੀਨ ਚੋਂ ਜੀ। ਉਹ ਸਮਝ ਗਿਆ ਵੀ ਜ਼ਰੂਰ ਇਹਦੇ ਮਾਲਕ ਜਿਹੜੇ ਉਹ ਪੂਰੇ ਨੇ। ਉਹ ਉਹਨੇ ਆਪਣੇ ਘਰ ਦੇ ਨੌਕਰ ਨੂੰ ਆਖਿਆ ਵੀ, ਨੌਕਰ ਸੀ ਅਦਰਕਾ, ਉਹਨੂੰ ਆਖਿਆ ਘਰੋਂ ਪ੍ਰਸ਼ਾਦਾ ਲੈ ਦੋ ਬੰਦਿਆਂ ਦਾ, ਇੱਕ ਇਹਦਾ ਤੇ ਇੱਕ ਇਹਦੇ ਮਾਲਕ ਦਾ, ਦੋ ਬੰਦਿਆਂ ਦਾ ਲੈ ਪ੍ਰਸ਼ਾਦਾ ਤੇ ਤੂੰ ਵੀ ਨਾਲ ਚੱਲ ਤੇ ਅਸੀਂ ਦਰਸ਼ਨ ਕਰਨ ਚੱਲੀਏ। ਕਹਿੰਦੇ ਮਰਦਾਨਾ ਸਾਹਿਬ ਨੂੰ ਨਾਲ ਲਿਆ ਤੇ ਲਾਲ ਵੀ ਇੱਕ ਬੰਨੇ ਰੱਖਤਾ, ਭੋਜਨ ਵੀ ਇੱਕ ਪਾਸੇ ਰੱਖਤਾ। ਸਾਲਸ ਰਾਏ ਜੌਹਰੀ ਉਹਦਾ ਨਾਂ ਸੀਗਾ ਜੀ, ਸਾਲਸ ਰਾਏ। ਹਾਂਜੀ, ਮਹਾਰਾਜ ਨੂੰ ਮੱਥਾ ਟੇਕਿਆ ਜੀ। ਜਿਹੜਾ ਨੌਕਰ ਸੀ ਨਾ ਉਹਦਾ ਨਾਮ ਸੀ ਅਦਰਕਾ, ਨੌਕਰ ਕਮਾਈ ਵਾਲਾ ਸੀਗਾ ਜੀ, ਨੌਕਰ ਦਾ ਜੀਵਨ ਬੜਾ ਉੱਚਾ ਸੀਗਾ। ਮਹਾਰਾਜ ਸਾਹਿਬ ਨੂੰ ਉਹਨੇ ਨਮਸਕਾਰ ਕੀਤੀ, ਗੁਰੂ ਸਾਹਿਬ ਨੇ ਨਾਮ ਦਾ ਉਪਦੇਸ਼ ਦਿੱਤਾ, ਮਰਦਾਨਾ ਜੀ ਨੇ ਛਕਿਆ ਪ੍ਰਸ਼ਾਦਾ ਜੀ, ਕਹਿੰਦੇ ਹੁਣ ਸੁੱਖ ਮਿਲਿਆ ਥੋੜਾ ਬਹੁਤਾ। ਹਾਂਜੀ, ਮਰਦਾਨਾ ਜੀ ਨੇ ਪ੍ਰਸ਼ਾਦਾ ਛਕਿਆ ਤੇ ਦੋ ਦਿਨ ਫਿਰ ਮਹਾਰਾਜ ਸਾਲਸ ਰਾਏ ਦੇ ਘਰ ਵਿੱਚ ਰਹੇ ਜੀ। ਜਦੋਂ ਚੱਲੇ ਤੇ ਸਾਲਸ ਰਾਏ ਕਹਿੰਦਾ ਨਾ ਜਾਓ। ਮਹਾਰਾਜ ਨੇ ਵੇਖਿਆ ਵੀ ਨੌਕਰ ਬੜਾ ਚੰਗਾ ਜੀ, ਨੌਕਰ ਕਮਾਈ ਵਾਲਾ, ਨਾਮ ਜਪਣ ਵਾਲਾ, ਸੁਰਤ ਪਰਮੇਸ਼ਰ ਵਾਲੇ ਪਾਸੇ ਜੁੜਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਾਲਸ ਰਾਏ ਜੌਹਰੀ ਦੇ ਨੌਕਰ ਜਿਹਦਾ ਨਾਮ ਅਧਰਕਾ ਸੀ ਉਹਨੂੰ ਗੁਰਮੁਖ ਦੀ ਪਦਵੀ ਦਿੱਤੀ ਜੀ, ਪਦਵੀ ਦਿੱਤੀ। ਆਖਿਆ ਸਾਲਸ ਰਾਏ ਜੇ ਆਪਣਾ ਜੀਵਨ ਸਵਾਰਨਾ ਚਾਹੁੰਦਾ ਤਾਂ ਆਪਣੇ ਨੌਕਰ ਦੇ ਹੁਕਮ ਵਿੱਚ ਰਹੀ। ਕਹਿਣ ਲੱਗੇ ਅੱਜ ਕੇ ਆਖ ਵਾਹਿਗੁਰੂ, ਹੁਣ ਨੌਕਰ ਦੇ ਹੁਕਮ ਚ ਕੌਣ ਰਹਿੰਦਾ ਜੀ? ਮਹਾਰਾਜ ਕਹਿੰਦੇ ਗੁਰਮੁਖੀ। ਕਹਿਣ ਲੱਗੇ ਵੇਖ ਲਾ ਇਹਦੀ ਗੱਲ ਮੰਨਣਾ। ਸਾਲਸ ਰਾਏ ਇੰਨਾ ਚੰਗਾ ਨਿਕਲਿਆ ਜੀ, ਉਹ ਕਹਿਣ ਲੱਗਾ ਮਹਾਰਾਜ ਅੱਜ ਤੋਂ ਬਾਅਦ ਇਹ ਮੇਰਾ ਨੌਕਰ ਨਹੀਂ, ਅੱਜ ਤੋਂ ਬਾਅਦ ਮੇਰਾ ਮਾਲਕ ਹੀ ਹੈ ਇਹ ਮਹਾਰਾਜ, ਹੁਣ ਤੇ ਮੇਰਾ ਮਾਲਕ ਹੈ ਅੱਜ ਤੋਂ ਬਾਅਦ। ਮਹਾਰਾਜ ਨੇ ਕਿਰਪਾ ਕਰਤੀ ਜੀ, ਇਹ ਉਹ ਨਗਰ ਹੈ ਜੀ, ਉੱਥੇ ਪਹੁੰਚੇ ਗੁਰੂ ਤੇਗ ਬਹਾਦਰ ਸਾਹਿਬ। ਫਿਰ ਆਖਿਆ ਸੀਗਾ ਮਹਾਰਾਜ ਨੇ ਵੀ ਅਸੀਂ ਦਸਵੇਂ ਰੂਪ ਵਿੱਚ ਇੱਥੇ ਆਵਾਂਗੇ, ਨੌਵੇਂ ਰੂਪ 'ਚ ਆਵਾਂਗੇ, ਦਸਵੇਂ ਰੂਪ ਵਿੱਚ ਜਦੋਂ ਆਵਾਂਗੇ ਪ੍ਰਕਾਸ਼ ਹੀ ਇੱਥੇ ਲਵਾਂਗੇ। ਕਹਿਣ ਲੱਗੇ ਹਾਂਜੀ, ਉਹ ਸਾਰੇ ਬਚਨ ਹੁਣ ਅੱਜ ਪੂਰੇ ਹੋਣੇ ਜੀ। ਅਧਰਕੇ ਦੀ ਸੰਗਤ ਕਰਕੇ ਨਾ ਜੀ, ਅਧਰਕਾ ਜੀ ਦੀ ਜਿਹਨੂੰ ਗੁਰਮੁਖ ਦੀ ਪਦਵੀ ਦਿੱਤੀ, ਸਾਰਾ ਨਗਰ ਨਾਮ ਜਪਣ ਵਾਲਾ ਹੋ ਗਿਆ ਸੀਗਾ ਜੀ, ਸਾਰਾ ਨਗਰ ਗੁਰੂ ਕਾ ਸਿੱਖ ਬਣ ਗਿਆ। ਭਾਈ ਜੈਤ ਰਾਮ ਜੀ ਨੇ ਵੀ ਅਧਰਕੇ ਦੀ ਸੰਗਤ ਕੀਤੀ ਹੋਏ, ਲੋਕਾਂ ਦੀ ਗਾਂ ਸੰਗਤ ਕੀਤੀ ਸੀਗੀ ਜੀ। ਅਧਰਕਾ ਜੀ ਤੇ ਸਮੇਂ ਨਾਲ ਸਰੀਰ ਤਿਆਗ ਗਏ ਸੀਗੇ ਜੀ, ਅਧਰਕਾ ਜੀ ਦੀ ਸੰਗਤ ਕੀਤੇ ਹੋਏ ਗੁਰਮੁਖਾਂ ਦੀ ਗਾਂ ਸੰਗਤ ਜੈਤ ਰਾਮ ਜੀ ਨੇ ਕੀਤੀ ਸੀ, ਤੇ ਤੁਸੀਂ ਖੁਦ ਹਿਸਾਬ ਲਾਓ ਵੀ ਕਿੰਨਾ ਪਿਆਰ ਪੈਦਾ ਹੋ ਗਿਆ। ਸਿੱਖਾਂ ਨੂੰ ਕਹਿਣਾ ਅਰਦਾਸ ਕਰੋ ਗੁਰੂ ਤੇਗ ਬਹਾਦਰ ਸਾਹਿਬ ਕਿਤੇ ਆ ਕੇ ਦਰਸ਼ਨ ਦੇਣ ਜੀ। ਹੁਣ ਉਹ ਸਾਰਾ ਸਮਾਂ ਜੋ ਆ ਗਿਆ ਜੀ, ਮਹਾਰਾਜ ਘੋੜੇ ਤੇ ਲੰਘ ਰਹੇ ਨੇ, ਪੀੜੇ ਪੀੜੇ ਬਾਜ਼ਾਰ ਨੇ, ਮਹਾਰਾਜ ਬਾਜ਼ਾਰ ਵੇਖ ਰਹੇ, ਘਰ ਵੇਖ ਰਹੇ ਸਾਰੇ। ਹਾਂਜੀ, ਰਚਨਾ ਅਨਕ ਪ੍ਰਕਾਰਨ ਕੇਰੀ, ਹਾਂਜੀ, ਚੱਲੇ ਜਾਹੇ ਸਤਿਗੁਰ ਸਭ ਹੇਰੀ, ਸੱਚੇ ਪਾਤਸ਼ਾਹ ਅਨੇਕ ਪ੍ਰਕਾਰ ਦੀ ਰਚਨਾ ਵੇਖ ਰਹੇ ਨੇ। ਹਾਂਜੀ, ਆਲਮ ਗੰਜ ਵਿਖੇ ਪੁਨ ਗਏ, ਹਾਂਜੀ, ਸਦਨ ਸੇਠ ਕੇ ਪ੍ਰਾਪਤ ਭਏ, ਤੇ ਗੁਰਮੁਖੋ ਆਲਮ ਗੰਜ ਗਏ ਤੇ ਉਹ ਜੈਤ ਰਾਮ ਜੀ ਨਾ ਜੀ ਦੁਕਾਨ ਦੇ ਵਿੱਚ ਬੈਠੇ ਸੀ। ਦੁਕਾਨ ਕੀ ਉਦੋਂ ਹਲਵਾਈਆਂ ਦੀ ਹੁੰਦੀ ਸੀ ਜੀ, ਬਾਹਰ ਹੀ ਭੱਠੀ ਡਾ ਕੇ ਹਲਵਾਈ ਬੈਠਾ ਹੁੰਦਾ ਸੀਗਾ ਜੀ, ਹੁਣ ਵੀ ਪਿੰਡਾਂ ਖਾਤਿਆਂ 'ਚ ਇਸੇ ਤਰ੍ਹਾਂ ਜੀ। ਹਾਂਜੀ, ਤੇ ਐ ਘੋੜਾ ਜਾ ਕੇ ਉਹਦੇ ਸਾਹਮਣੇ ਖਿਲਾਰਤਾ ਗੁਰੂ ਜੀ ਨੇ ਜੀ। ਜੈਤ ਰਾਮ ਜੀ ਨੇ ਵੇਖਿਆ ਵੀ ਇਹ ਕੌਣ ਹੈ, ਤੇ ਜੋ ਸੁਣਿਆ ਸੀ ਚੱਕਰ ਚੇਨ, ਸਮਝ ਆਈ ਵੀ ਗੁਰੂ ਸਾਹਿਬ ਆ, ਤੇ ਗੁਰੂ ਸਾਹਿਬ ਨੇ ਜੈਤ ਰਾਮ ਦੇ ਬੋਲਣ ਤੋਂ ਪਹਿਲਾਂ ਹੀ ਕਹਿਤਾ ਵੀ ਪੂੜੀਆਂ ਛਕਣਾ ਹੀ ਆ। ਕਹਿਣ ਲੱਗੇ ਅੱਜ ਕੇ ਆਖੋ ਵਾਹਿਗੁਰੂ, ਵਾਹਿਗੁਰੂ, ਹੈਂ ਪੂੜੀਆਂ ਛਕਣਾ ਹੀ ਆ। ਕਹਿਣ ਲੱਗੇ ਹੈਂ, ਮਹਾਰਾਜ ਕਹਿੰਦੇ ਛਕਾ। ਜੈਤ ਰਾਮ ਦੇ ਨੇਤਰਾਂ ਚੋਂ ਜਲ ਜਿਹੜਾ ਵਿਆਹ ਜੀ,
ਉਹ ਨਹੀਂ ਬਿਆਨ ਕੀਤਾ ਜਾ ਸਕਦਾ। ਬੜਾ ਵੈਰਾਗ ਕੀਤਾ ਮਹਾਰਾਜ ਤੁਸੀਂ ਆ ਗਏ ਤੇ ਫਿਰ ਗੁਰੂ ਸਾਹਿਬ ਨੂੰ ਆਪਣੇ ਘਰ ਵਿੱਚ ਲੈ ਕੇ ਗਏ ਜੈਤ ਰਾਮ ਜੀ। ਹਾਂਜੀ ਨਿਜ ਜਨ ਕੀ ਪੂਰਨ ਕੋ ਆਸਾ, ਹਾਂਜੀ ਲੋਕ ਪਰਲੋਕ ਦੇਨ ਪਰਵਾਸਾ। ਰੱਜ ਕੇ ਸਾਰੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਨਿਜ ਜਨ ਕੀ ਪੂਰਨ ਕੋ ਆਸਾ, ਨਿਜ ਜਨ ਆਪਣੇ ਸੇਵਕਾਂ ਦੀ ਆਸ ਪੂਰੀ ਕਰਨ ਲਈ ਤੇ ਸੇਵਕਾਂ ਨੂੰ ਦੱਸਣ ਵਾਸਤੇ ਵੀ ਲੋਕ ਪਰਲੋਕ ਵਿੱਚ ਤੁਹਾਡੀ ਰਾਖੀ ਗੁਰੂ ਨਾਨਕ ਸਾਹਿਬ ਕਰਨਗੇ ਜੀ, ਪਰਵਾਸਾ ਦੇਣ ਵਾਸਤੇ ਸੱਚੇ ਪਾਤਸ਼ਾਹ ਆਏ ਨੇ। ਹਾਂਜੀ ਉਤਰੇ ਜਾਏ ਜਬਹ ਘਰ ਮਾਹੀ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੈਤ ਰਾਮ ਦੇ ਕੋਲ ਗਏ ਉਹਨੇ ਬੜੇ ਪਿਆਰ ਨਾਲ ਆਖਿਆ ਮਹਾਰਾਜ ਘਰ ਚੱਲੋ। ਮਹਾਰਾਜ ਨਾਲ ਗਏ ਉਹਦੇ ਘਰ ਵਿੱਚ ਉਤਰੇ ਜਾ ਕੇ। ਹਾਂਜੀ ਸੁਧ ਸੁਣ ਜੈਤਾ ਸੇਠ ਤਦਾਹੀ, ਆਸੇ ਪਾਸੇ ਪੂਰੀ ਪੂਰੀ ਸੁਧ ਫੈਲਾ ਦਿੱਤੀ ਗਈ ਵੀ ਜੈਤੇ ਸੇਠ ਦੇ ਘਰ ਵਿੱਚ, ਜੈਤ ਰਾਮ ਜੀ ਦੇ ਘਰ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਏ ਨੇ। ਹਾਂਜੀ ਪ੍ਰੇਮ ਮਗਨ ਤੇ ਦੋਰਿਓ ਆਏ, ਹਾਂਜੀ ਪਿੱਖ ਗੁਰ ਪੱਗ ਪੰਕਜ ਲਪਟਾ। ਜੈਤ ਰਾਮ ਜੀ ਜਦੋਂ ਮਹਾਰਾਜ ਦੇ ਦਰਸ਼ਨ ਕਰਦੇ ਨੇ, ਮਹਾਰਾਜ ਨੂੰ ਬਿਠਾ ਲਿਆ ਤੇ ਫਿਰ ਘੁੱਟ ਕੇ ਗੁਰੂ ਜੀ ਦੇ ਚਰਨ ਫੜੇ ਜੀ। ਹਾਂਜੀ ਪਿੱਖ ਗੁਰ ਪੱਗ ਪੰਕਜ ਪ੍ਰੇਮ ਲਪਟਾਏ, ਪੱਗ ਲਪਟਾਏ ਵਾਹਿਗੁਰੂ, ਗੁਰੂ ਸਾਹਿਬ ਦੇ ਚਰਨ ਵੇਖ ਕੇ ਤੇ ਲਪਟੀ ਗਏ ਜੀ ਚਰਨਾਂ ਦੇ ਨਾਲ ਜੀ। ਪਤਾ ਨੀ ਕੀ ਆਨੰਦ ਪ੍ਰਾਪਤ ਹੋਇਆ ਹੈਗਾ ਜੀ। ਹਾਂਜੀ ਸਾਦਰ ਮੰਚ ਡਸਾਵਨ ਕਰੇ, ਹਾਂਜੀ ਪ੍ਰਭ ਬਿਠਾਏ ਮੌਦ ਉਰ ਭਰੇ, ਹਾਂਜੀ ਮੇਜ ਕਰ ਤੇ ਕਰ ਕੈ ਪਕਵਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਪੂੜੀਆਂ ਵੀ ਛਕਾਦੇ ਕਹਿਣ ਲੱਗੇ, ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ, ਕਿਉਂ ਪੂੜੀਆਂ ਦੀਆਂ ਤੇ ਅਰਦਾਸਾਂ ਇਹਨੇ ਕਰਾਈਆਂ ਹੈਗੀਆਂ ਜੀ। ਹਾਂਜੀ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਨੇ ਜਦੋਂ ਆਖਿਆ, ਜੈਤ ਰਾਮ ਜੀ ਨੇ ਬੜੇ ਚਾਈ ਚਾਈ ਪ੍ਰਸ਼ਾਦਾ ਸਾਰਾ ਤਿਆਰ ਕੀਤਾ ਜੀ, ਨਿਜ ਕਰਤੇ ਕਰਕੇ ਪਕਵਾਨ, ਆਪਣੇ ਹੱਥੀ ਪ੍ਰਸ਼ਾਦਾ ਤਿਆਰ ਕੀਤਾ। ਪਹਿਲਾਂ ਹੀ ਉਹ ਹਲਵਾਈ ਜੀ ਆਪ ਹੀ ਤਿਆਰ ਕਰਨਾ ਸੀ ਉਹਨੇ ਜੀ। ਹਾਂਜੀ ਰੱਖਿਓ ਸਤਿਗੁਰ ਆਗੇ ਆਨ, ਤੇ ਰੱਖਿਓ ਸਤਿਗੁਰ ਆਗੇ ਆਨ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖਿਆ ਜੀ। ਹਾਂਜੀ ਅਪਰ ਆਹਾਰ ਅਧਿਕ ਕਰਵਾਏ, ਹੋਰ ਸੰਗਤਾਂ ਨੂੰ ਖੁੱਲਾ ਪ੍ਰਸ਼ਾਦਾ ਛਕਾਇਆ ਜੀ ਉਹਨੇ ਜੀ। ਹਾਂਜੀ ਸਭ ਡੇਰੇ ਕੋ ਦਇਓ ਅਚਾਏ, ਹਾਂਜੀ ਵਾਹਨ ਸਰਬ ਸਦਨ ਬੰਧਵਾਏ, ਹਾਂਜੀ ਸਭ ਬਿਦ ਕੋ ਦੇ ਕਰ ਤ੍ਰਿਪਤਾਏ, ਹਰ ਇੱਕ ਨੂੰ ਤ੍ਰਿਪਤ ਕੀਤਾ ਜੀ। ਜੈਤ ਰਾਮ ਜੀ ਆਪਣੇ ਸ਼ੁਕਰ ਵਿੱਚ ਟਿਕੇ ਜੀ, ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ, ਜੀ ਕਰਦਾ ਮੈਂ ਆਪਣੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਨਾ ਛੱਡਾਂ ਜੀ। ਅੱਜ ਸਵੇਰੇ ਕਥਾ ਵਿੱਚ ਇਹੋ ਹੀ ਬਚਨ ਆਇਆ ਸੀ ਨਾ ਜੀ, ਇਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ, ਜਿਸ ਕੋ ਪੂਰਬ ਲਿਖਿਆ ਤਿੰਨ ਸਤਿਗੁਰ ਚਰਨ ਗਹੇ। ਜਿਨ੍ਹਾਂ ਦੇ ਪੂਰਬਲੇ ਭਾਗ ਹੁੰਦੇ ਜੀ, ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਉਹ ਫਿਰ ਗੁਰੂ ਜੀ ਦੇ ਚਰਨ ਕਮਲਾਂ ਦਾ ਆਸਰਾ ਲੈ ਲੈਂਦੇ ਜੀ, ਆਸਰਾ ਲੈ ਲੈਂਦੇ ਜੀ। ਜੈਤ ਰਾਮ ਜੀ ਨੇ ਪ੍ਰਤੱਖ ਰੂਪ ਵਿੱਚ ਚਰਨ ਫੜ ਲਏ ਜੀ ਗੁਰੂ ਜੀ ਦੇ ਜੀ। ਹੁਣ ਕਿਵੇਂ ਚਰਨ ਫੜਾਂਗੇ, ਹੁਣ ਕੀ ਹੈ ਕੋਈ ਕੰਮ ਕਰਨਾ ਗੁਰੂ ਜੀ ਦੇ ਭਰੋਸੇ ਕਰਨਾ ਜੀ, ਇਹ ਆਪਣੀ ਸੁਰਤ ਵਿੱਚ ਗੁਰੂ ਦੇ ਸ਼ਬਦ ਨੂੰ ਟਿਕਾਉਣਾ ਜੀ, ਵਾਹਿਗੁਰੂ ਵਾਹਿਗੁਰੂ ਜਪਣਾ। ਜਿਹਦੀ ਸੁਰਤ 'ਚ ਸ਼ਬਦ ਟਿਕ ਗਿਆ ਨਾ ਜੀ, ਸਮਝ ਲਓ ਉਹਨੇ ਗੁਰੂ ਜੀ ਦੇ ਚਰਨ ਫੜ ਲਏ ਜੀ, ਚਰਨ ਫੜ ਲਏ ਜੀ। ਚਿੱਤ ਚਰਨ ਨਾਮ, ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਲ। ਸੱਚੇ ਪਾਤਸ਼ਾਹ ਮਿਹਰ ਕਰਨ, ਆਓ ਸਾਰੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ, ਮੇਰਾ ਕਹਿਣਾ ਨਾ ਮੇਰਾ, ਉਦੋਂ ਅੰਦਰਾਂ ਮੇਰਾ ਭਾਵ ਰੱਖਣਾ ਵੀ ਹੈ ਅੰਦਰੋਂ ਜੀ, ਮੇਰੇ ਗੁਰੂ ਤੇਗ ਬਹਾਦਰ ਸਾਹਿਬ। ਇਹਨੂੰ ਕਹਿੰਦੇ ਉੱਤਮ ਮਾਣ, ਉੱਤਮ ਮਾਣ। ਹਾਂਜੀ
ਉੱਤਮ ਮਾਣ ਜੀ, ਹੰਕਾਰ ਨਹੀਂ ਜੀ, ਉੱਤਮ ਮਾਣ, ਆਪਣੇ ਗੁਰੂ ਤੇ ਮਾਣ ਹੋਣਾ ਜੀ। ਗੁਰਪੂਰਾ ਮੇਰਾ ਗੁਰਪੂਰਾ, 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 ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ। ਇਹ ਪੂਰਿਆਂ ਦੀ ਨਿਸ਼ਾਨੀ ਵੀ ਅੰਦਰ ਕਿਸੇ ਦੇ ਕੀ ਚੱਲ ਰਿਹਾ ਉਹ ਪਤਾ ਕਰ ਲੈਣਾ ਜੀ। ਹਾਂਜੀ, ਨਹੀਂ ਤੇ ਕੋਈ ਬਣਾ ਕੇ ਪੂੜੀਆਂ ਬੈਠਾ ਹੈ ਤੇ ਕੌਣ ਖਾਣ ਜਾਂਦਾ ਜੀ। ਹਾਂਜੀ, ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਪੂਰੇ ਨੇ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਇਸ ਕਰਕੇ ਆਪਣੇ ਗੁਰੂ ਜੀ ਨੂੰ ਚੇਤਾ ਕਰਨਾ ਚਾਹੀਦਾ ਜੀ। ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਭਏ ਰਾਸ, ਫਿਰ ਕਾਰਜ ਸਾਰੇ ਰਾਸ ਹੋ ਜਾਂਦੇ ਜੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਹੁਣ ਅੱਗੋਂ ਫਿਰ ਜੋ ਹੋਏਗਾ ਉਹ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸ਼ਾਮ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਫਿਰ ਦੋ ਕੁ ਮਿੰਟ।